ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਕੈਨੇਡਾ ਦੇ ਵਿੱਚ ਕਿੱਦਾਂ ਕਿੱਦਾਂ ਦੀਆਂ ਜੌਬਸ ਨੇ ਤੇ ਕਿਹੜੀਆਂ ਜੌਬਸ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਹਾਈ ਸੈਲਰੀ ਮਿਲ ਸਕਦੀ ਆ ਤੇ ਤੁਹਾਡਾ ਬੈਟਰ ਫਿਊਚਰ ਹੋਊਗਾ। ਇਹ ਵੀਡੀਓ ਬਣਾਉਣ ਦਾ ਕਾਰਨ ਇੱਕੋ ਆ, ਜਿਹੜੇ ਮੇਰੇ ਵਰਗੇ ਸਟੂਡੈਂਟਸ ਨੇ ਜਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਪੜ੍ਹਨ ਨੂੰ ਭੇਜਣਾ, ਉਹਨਾਂ ਨੂੰ ਇੱਕ ਤਰੀਕੇ ਦਾ ਆਈਡੀਆ ਹੋ ਜਾਊਗਾ ਜੀ ਅਸੀਂ ਬੱਚੇ ਲਈ ਕਿਹੜਾ ਪ੍ਰੋਫੈਸ਼ਨ ਚੂਜ਼ ਕਰੀਏ। ਫੋਰ ਐਗਜ਼ਾਮਪਲ, ਜਦੋਂ ਮੈਂ ਛੋਟਾ ਸੀਗਾ ਮੈਨੂੰ ਕੋਈ ਦੱਸਣ ਵਾਲਾ ਨਹੀਂ ਸੀਗਾ ਤਾਂ ਮੈਂ ਸੋਚਦਾ ਹੁੰਦਾ ਸੀ ਮੈਂ ਵੱਡਾ ਹੋ ਕੇ ਪਾਇਲਟ ਬਣਨਾ, ਇੰਜੀਨੀਅਰਿੰਗ ਕਰਕੇ ਬਾਅਦ 'ਚੋਂ ਪਾਇਲਟ ਬਣ ਜਾਣਾ, ਪਰ ਪਤਾ ਨਹੀਂ ਹੁੰਦਾ ਸੀਗਾ ਵੀ ਪਾਇਲਟ ਕਿਵੇਂ ਬਣਨਾ ਵਾ, ਇੰਜੀਨੀਅਰਿੰਗ ਕਰਕੇ ਤੁਸੀਂ ਕੀ ਕੀ ਕਰ ਸਕਦੇ ਹੋ, ਮੈਡੀਕਲ ਫੀਲਡ ਕੀ ਹੁੰਦੀ ਆ। ਮਤਲਬ ਪ੍ਰੋਪਰ ਸਾਨੂੰ ਇਹ ਨਹੀਂ ਸੀਗਾ ਵੀ ਅਸੀਂ ਕਿਹੜੇ ਡੈਜ਼ਿਗਨੇਸ਼ਨ 'ਤੇ ਲੱਗਾਂਗੇ। ਜਿੱਦਾਂ ਮੈਂ ਐਡਮਿਸ਼ਨ ਲੈਣ ਗਿਆ ਤਾਂ ਉਦੋਂ ਅਫਵਾਹ ਹੀ ਚੱਲਦੀ ਹੁੰਦੀ ਸੀ ਵੀ ਮਕੈਨੀਕਲ ਇੰਜੀਨੀਅਰਿੰਗ ਬੈਸਟ ਆ। ਮੈਂ ਆਪਣੇ ਕਾਲਜ ਦੇ ਵਿੱਚ ਗਿਆ GNU 'ਚ, ਜਦੋਂ ਸੀਟ ਲੈਣੀ ਸੀਗੀ ਉੱਥੇ ਮਕੈਨੀਕਲ ਇੰਜੀਨੀਅਰਿੰਗ ਦੀ ਸੀਟ ਨਹੀਂ ਸੀ, ਸੋ ਮੈਂ IT ਦੇ ਵਿੱਚ ਜਿਹੜੀ ਮੈਨੂੰ ਸੀਟ ਮਿਲ ਰਹੀ ਸੀ ਕੰਪਿਊਟਰ ਸਾਇੰਸ ਦੇ ਵਿੱਚ ਤਾਂ ਮੈਂ ਉਹ ਡਿਪਾਰਟਮੈਂਟ ਦੇ ਵਿੱਚ ਸੀਟ ਲੈ ਲਈ ਅਤੇ ਅੱਜ ਤੱਕ ਮੈਂ ਇੰਨਾ ਲੱਕੀ ਕਹਿਣਾ ਹੁੰਦਾ ਕਿ ਉਸ ਤੋਂ ਬਾਅਦ ਯੁੱਗ ਇੰਨਾ ਬਦਲਿਆ, ਮਕੈਨੀਕਲ ਇੰਜੀਨੀਅਰਿੰਗ ਦੀ ਵੈਲਿਊ ਜਾਂ ਕਹਿੰਦਾ ਜੋਬਸ ਘੱਟ ਗਈਆਂ, ਨੋਟ ਵੈਲਿਊ, ਜੋਬਸ ਬਹੁਤ ਘੱਟ ਗਈਆਂ ਐਜ਼ ਕੰਪੇਅਰ ਟੂ ਹੁਣ IT ਕੰਪਿਊਟਰ ਸਾਇੰਸ ਦੇ ਵਿੱਚ ਸਾਰੀਆਂ ਜੋਬਸ ਨੇ, ਸਾਰਾ ਕੁਛ ਹੀ ਕੰਪਿਊਟਰ ਨਾਲ ਹੋ ਰਿਹਾ ਅੱਜ ਦੀ ਦੁਨੀਆ ਦੇ ਵਿੱਚ। ਸੋ ਇਹ ਵੀਡੀਓ ਮੈਂ ਉਹਨਾਂ ਬੱਚਿਆਂ, ਉਹਨਾਂ ਸਟੂਡੈਂਟਸ ਲਈ ਬਣਾ ਰਿਹਾ ਜਾਂ ਉਹਨਾਂ ਦੇ ਘਰਦਿਆਂ ਲਈ ਬਣਾ ਰਿਹਾ ਜਿਨ੍ਹਾਂ ਨੂੰ ਇਹ ਚੀਜ਼ਾਂ ਬਾਰੇ ਘੱਟ ਪਤਾ ਵਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਫਿਊਚਰ ਦੇ ਵਿੱਚ ਕੀ ਕਰਨਾ। ਸੋ ਇਹ ਵੀਡੀਓ ਜ਼ਰੂਰ ਐਂਡ ਤੱਕ ਦੇਖਿਓ। ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਘੱਟੋ ਘੱਟ ਪਤਾ ਲੱਗ ਜੂਗਾ ਵੀ ਅੱਜ ਕੱਲ੍ਹ ਦੀ ਜੋਬ ਮਾਰਕੀਟ ਕਿੱਦਾਂ ਚੱਲ ਰਹੀ ਆ, ਕੀ ਹਿਸਾਬ ਕਿਤਾਬ ਆ, ਮੈਂ ਅੱਗੇ ਜਾ ਕੇ ਕੀ ਬਣਨਾ, ਕਿਹੜੀ ਚੀਜ਼ ਦਾ ਮੈਨੂੰ ਫਾਇਦਾ ਹੋ ਸਕਦਾ। ਸੋ ਆਪਾਂ ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਕੈਨੇਡਾ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੈਡੀਕਲ ਪ੍ਰੋਫੈਸ਼ਨ ਦੀ। ਜੇ ਆਪਾਂ ਸਾਰੀ ਦੁਨੀਆ ਦੀ ਆਲਮੋਸਟ ਗੱਲ ਕਰੀਏ ਤਾਂ ਸਾਰੀ ਦੁਨੀਆ ਦੇ ਵਿੱਚ ਜੇ ਆਪਾਂ ਮੈਡੀਕਲ ਦੀ ਪੜ੍ਹਾਈ ਦੇਖੀਏ ਤਾਂ ਉਹਨੂੰ ਔਖਾ ਮੰਨਿਆ ਜਾਂਦਾ ਵਾ। ਉਸ ਤੋਂ ਬਾਅਦ ਮੈਡੀਕਲ ਕੋਰਸਿਸ ਦੀ ਫੀਸਿਸ ਵੀ ਜ਼ਿਆਦਾ ਹੁੰਦੀਆਂ ਨੇ, ਪਰ ਜਦੋਂ ਬੰਦਾ ਮੈਡੀਕਲ ਕੁਛ ਵੀ ਆਪਣਾ ਡਾਕਟਰ ਬਣ ਜਾਂਦਾ ਉਹਨਾਂ ਦੀਆਂ ਤਨਖਾਹਾਂ ਵੀ ਸਭ ਤੋਂ ਜ਼ਿਆਦਾ ਹੁੰਦੀਆਂ ਨੇ। ਅਤੇ ਜੇ ਗੱਲ ਕਰੀਏ ਕੈਨੇਡਾ ਦੀ, ਉਰੇ ਤੁਹਾਨੂੰ ਪਤਾ ਵੀ ਲਾਈਕ ਹੈਲਥ ਕੇਅਰ ਸਿਸਟਮ ਸਾਰਾ ਕੁਛ ਫ੍ਰੀ ਆ, ਸਾਰਾ ਕੁਛ ਗਵਰਨਮੈਂਟ ਦੇ ਅੰਡਰ ਆ ਜਾਂਦਾ ਵਾ, ਤਾਂ ਜਿਹੜੇ ਉਰੇ ਮੈਡੀਕਲ ਪ੍ਰੋਫੈਸ਼ਨ ਦੇ ਲੋਕ ਨੇ, ਜਿਹੜੇ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਕੰਮ ਕਰ ਰਹੇ ਨੇ, ਚਾਹੇ ਹੋਵੇ ਡਾਕਟਰ, ਚਾਹੇ ਡੈਂਟਿਸਟ, ਚਾਹੇ ਫਿਜ਼ੀਓਥੈਰੇਪਿਸਟ, ਫਾਰਮਾਸਿਸਟ, ਰਜਿਸਟਰਡ ਨਰਸਿਸ, ਸਰਜਨ ਹੋਵੇ, ਈਵਨ ਆਪਟੀਸ਼ੀਅਨ, ਲਾਈਕ ਜਿਹੜਾ ਵੀ ਆਪਣੀ ਬਾਡੀ ਦਾ ਚੈੱਕਅਪ ਕਰਦੇ ਆ, ਉਹਨਾਂ ਦੀ ਡਿਮਾਂਡ ਉਰੇ ਇੰਨੀ ਜ਼ਿਆਦਾ ਆ। ਇੱਕ ਤਾਂ ਡਿਮਾਂਡ ਆ ਅਤੇ ਉੱਪਰੋਂ ਚੀ ਉਹਨਾਂ ਦੀਆਂ ਤਨਖਾਹਾਂ ਵੀ ਬਹੁਤ ਜ਼ਿਆਦਾ ਨੇ। ਲਾਈਕ ਫੋਰ ਐਗਜ਼ਾਮਪਲ, ਜਿਹੜੇ ਕੈਨੇਡਾ ਦੇ ਡਾਕਟਰ ਨੇ ਘੱਟੋ ਘੱਟ $1,00,000 ਤਾਂ ਬਣਾਉਂਦੇ ਨੇ, ਬਾਕੀ ਜਿਹੜੇ ਮੈਂ ਡਾਕਟਰਸ ਨੂੰ ਜਾਣਦਾ ਉਹ $3,00,000, $4,00,000, ਬਾਕੀ ਉਹ ਆਪਣਾ ਬਿਜ਼ਨਸ ਖੋਲ੍ਹ ਲੈਂਦੇ ਆ ਤਾਂ $1,000,000 ਤੱਕ ਵੀ ਉਹ ਬਣਾ ਲੈਂਦੇ ਨੇ ਇੱਕ ਸਾਲ ਦੇ ਵਿੱਚ। ਸੋ ਇੰਨਾ ਜ਼ਿਆਦਾ ਇਹਦਾ ਪੈਸਾ ਵਾ, ਪਰ ਇਹਦੀ ਪੜ੍ਹਾਈ ਵੀ ਉਵੇਂ ਹੀ ਆ। ਪਹਿਲਾਂ ਪੜ੍ਹੋ, ਫਿਰ ਤੁਸੀਂ ਆਪਣਾ ਲਾਈਕ ਜਿਹੜੀ ਰੈਗੂਲੇਟਰੀ ਬਾਡੀ ਹੁੰਦੀ ਆ ਉਹਦਾ ਟੈਸਟ ਕਲੀਅਰ ਕਰੋ, ਫਿਰ ਆਪਣਾ ਬਿਜ਼ਨਸ ਸਟੈਬਲਿਸ਼ ਕਰੋ। ਸੋ ਲਾਈਕ ਫਿਰ ਤੁਹਾਨੂੰ ਇਹਦੀ ਲਾਈਕ ਟ੍ਰੇਨਿੰਗ ਵੀ ਲੈਣੀ ਪੈਂਦੀ ਆ, ਕਾਫੀ ਕੁਛ ਹੁੰਦਾ ਇਹਨਾਂ ਪ੍ਰੋਗਰਾਮਸ ਦੇ ਵਿੱਚ। ਸੇਮ ਹੀ ਡੈਂਟਿਸਟ ਦਾ ਵਾ, ਡੈਂਟਿਸਟ ਜੇ ਤੁਸੀਂ ਬਣ ਜਾਂਦੇ ਹੋ ਕੈਨੇਡਾ ਦੇ ਵਿੱਚ ਉਸ ਤੋਂ ਬਾਅਦ ਵੀ ਤੁਸੀਂ ਬਹੁਤ ਪੈਸੇ ਕਮਾ ਸਕਦੇ ਹੋ। ਜਿਹੜੇ ਹੁਣ ਇੰਡੀਆ ਤੋਂ ਸਟੂਡੈਂਟਸ ਆਉਣਾ ਚਾਹੁੰਦੇ ਆ ਤਾਂ ਉਹਨਾਂ ਲਈ ਕੁਛ ਕੋਰਸਿਸ ਆ, ਜਿੱਦਾਂ ਰਜਿਸਟਰਡ ਨਰਸ ਇੱਕ ਪ੍ਰੋਫੈਸ਼ਨ ਹੁੰਦਾ ਇੱਕ ਤਰੀਕੇ, ਜਿਹੜੀ ਬੇਸਿਕਲੀ ਨਰਸ ਆਪਾਂ ਇੰਡੀਆ ਦੇ ਵਿੱਚ ਕਹਿ ਦਿੰਦੇ ਹਾਂ, ਅਤੇ ਨਰਸ ਆਏ ਨਹੀਂ ਹੁੰਦਾ ਵੀ ਸਿਰਫ ਕੁੜੀ ਹੋਊਗੀ, ਮੁੰਡਾ ਵੀ ਨਰਸ ਬਣ ਸਕਦਾ ਵਾ। ਸੋ ਨਰਸਿੰਗ ਦੇ ਕਿਸੇ ਵੀ ਕੋਰਸ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ, ਉਹ ਤੁਸੀਂ ਜਦੋਂ ਉਰੇ ਆ ਕੇ ਉਹ ਡਿਪਲੋਮਾ ਪੂਰਾ ਕਰ ਲਿਆ ਫਿਰ ਉਰੇ ਰੈਗੂਲੇਟਰੀ ਬਾਡੀ ਤੋਂ ਆਪਣਾ ਰਜਿਸਟਰਿੰਗ ਜਿਹੜਾ ਲਾਇਸੈਂਸ ਹੁੰਦਾ ਟੈਸਟ ਇੱਕ ਦੇਣਾ ਪੈਂਦਾ, ਉਦੋਂ ਬਾਅਦ ਵੀ ਕੋਰਸ ਕਰਨ ਤੋਂ ਬਾਅਦ ਉਹ ਜੇ ਤੁਹਾਡਾ ਕਲੀਅਰ ਹੋ ਗਿਆ ਤਾਂ ਤੁਹਾਡੀ ਲਾਈਕ ਲੱਗਦੀ ਉਹ ਜੋਬ ਬਹੁਤ ਵਧੀਆ ਹੋ ਜਾਊਗੀ, ਤੁਹਾਡਾ ਪੈਕੇਜ $60,000-70,000 ਹੋ ਜਾਊਗਾ। ਸੋ ਜਿਹੜੇ ਨਰਸਿੰਗ ਪ੍ਰੋਫੈਸ਼ਨ ਦੇ ਵਿੱਚ ਕੰਮ ਕਰਦੇ ਆ ਉਹਦੀ ਤਨਖਾਹ ਹੁੰਦੀ ਆ ਲਾਈਕ $50,00,000 ਹੋਊਗੀ, $35, $25, ਆਏ ਤਾਂ ਉਹਨਾਂ ਦੀਆਂ ਸਟਾਰਟਿੰਗਸ ਨੇ ਨਰਸਿੰਗ ਪ੍ਰੋਫੈਸ਼ਨ ਦੇ ਵਿੱਚ। ਮੈਂ ਤੁਹਾਨੂੰ ਐਗਜ਼ੈਕਟ ਫਿਗਰ ਤਾਂ ਨਹੀਂ ਦੱਸ ਪਾਊਂਗਾ ਮੈਂ, ਪਰ ਤੁਹਾਨੂੰ ਜਿਹੜੇ ਮੇਰਾ ਆਈਡੀਆ ਵਾ ਉਸ ਹਿਸਾਬ ਨਾਲ ਤੁਹਾਨੂੰ ਦੱਸ ਦਿੰਦਾ ਵੀ ਮਤਲਬ ਜੇ ਤੁਸੀਂ ਨਰਸਿੰਗ ਦਾ ਕੋਰਸ ਕਰੇਂਗੇ ਉਰੇ ਆ ਕੇ ਰਜਿਸਟਰਡ ਨਰਸ ਤੁਸੀਂ ਬਣ ਜਾਂਦੇ ਹੋ ਤਾਂ ਤੁਹਾਡਾ ਫਿਊਚਰ ਸੇਵ ਹੋ ਜਾਂਦਾ, ਬਾਕੀ ਤੁਹਾਨੂੰ ਮੈਡੀਕਲ ਬੈਨੀਫਿਟਸ ਇਹ ਚੀਜ਼ਾਂ ਸਾਰੀਆਂ, ਕਿਉਂਕਿ ਗਵਰਨਮੈਂਟ ਦੇ ਅੰਡਰ ਆ ਜਾਂਦੀ ਇੱਕ ਤਰੀਕੇ ਦੀ ਚੀਜ਼, ਤੁਸੀਂ ਹੈਲਥ ਵਾਲੇ ਬਿਜ਼ਨਸ ਦੇ ਵਿੱਚ ਕੰਮ ਕਰ ਰਹੇ ਹੋ। ਸੋ ਉਹਨਾਂ ਦੀ ਬਹੁਤ ਰਿਸਪੈਕਟ ਵੀ ਆ, ਤਨਖਾਹ ਵੀ ਬਹੁਤ ਜ਼ਿਆਦਾ ਆ, ਬਾਕੀ ਆਪਰੇਸ਼ਨ ਜਿਹੜੀ ਅੱਖਾਂ ਦੇ ਲੱਗੇ ਇੱਕ ਤਰੀਕੇ ਦੇ ਡਾਕਟਰ ਹੁੰਦੇ, ਆਪਰੇਸ਼ਨ ਤਾਂ ਬੇਸਿਕਲੀ ਹੁੰਦਾ ਜਿਹਨਾਂ ਦੀਆਂ ਦੁਕਾਨਾਂ ਹੁੰਦੀਆਂ ਐਨਕਾਂ ਬਣਾ ਕੇ ਦਿੰਦੇ, ਉਹਦੇ ਵਿੱਚ ਹੋਰ ਵੀ ਮੈਨੂੰ ਲਾਈਕ ਉਹਨਾਂ ਦੇ ਨਾਮ ਨਹੀਂ ਜਾ ਰਹੇ, ਆਪਥੋਥੈਰਮਿਸਟ ਇਹੋ ਜਿਹਾ ਕੁਛ ਹੁੰਦੇ ਨੇ। ਸੋ ਅੱਖਾਂ ਵਾਲਾ ਜੇ ਤੁਸੀਂ ਕੋਰਸ ਕਰ ਲਿੰਗੇ ਉਹਦਾ ਵੀ ਬਹੁਤ ਵਧੀਆ। ਫਾਰਮਾਸਿਸਟ ਵਨ ਆਫ ਦਾ ਕੈਨੇਡੀਅਨ ਲਾਈਕ ਹਾਈ ਡਿਮਾਂਡਿੰਗ ਜੋਬ ਆ, ਉਰੇ ਫਾਰਮਾਸਿਸਟ ਦੀ ਬਹੁਤ ਕਮੀ ਆ, ਤਾਂ ਤੁਸੀਂ ਜਿਹੜੇ ਫਾਰਮੇਸੀ ਵਾਲੇ ਸਾਰਾ ਕੁਛ ਉਹ ਕਰ ਲਓ, ਉਹ ਵੀ ਬਹੁਤ ਵਧੀਆ ਵਾ। ਫਿਜ਼ੀਓਥੈਰੇਪਿਸਟ ਉਹਦਾ ਵੀ ਪ੍ਰੋਪਰ, ਇਹਨਾਂ ਸਾਰੀ ਚੀਜ਼ਾਂ ਦੇ ਪ੍ਰੋਪਰ ਕੋਰਸਿਸ ਨੇ, ਤੁਸੀਂ ਕੋਰਸ ਕਰੋ ਉਦਾਂ ਤੁਸੀਂ ਜੋਬ ਲੈ ਸਕਦੇ ਹੋ। ਜੇ ਕਈ ਵਾਰ ਕੀ ਹੁੰਦਾ ਵਾ ਜੇ ਤੁਸੀਂ ਆਪਣਾ ਬਿਜ਼ਨਸ ਖੋਲ੍ਹਣਾ ਜਾਂ ਇੱਕ ਜੋਬ ਲੈਣੀ ਆ, ਉਹਦੇ ਵਾਸਤੇ ਇੱਕ ਲਾਇਸੈਂਸ ਲੈਣਾ ਪੈਂਦਾ ਵਾ, ਇੱਕ ਬੇਸਿਕਲੀ ਟੈਸਟ ਕਲੀਅਰ ਕਰਨਾ ਪੈਂਦਾ ਵਾ। ਸੋ ਮੈਡੀਕਲ ਪ੍ਰੋਫੈਸ਼ਨ ਇਜ਼ ਦਾ ਮੋਸਟ ਡਿਮਾਂਡਿੰਗ ਪ੍ਰੋਫੈਸ਼ਨ ਇਨ ਕੈਨੇਡਾ, ਜਿਹਦੀ ਡਿਮਾਂਡ ਵੱਧ ਹੁੰਦੀ ਆ ਓਬਵੀਅਸਲੀ, ਉਹ ਚੀਜ਼ ਦੀ ਲਾਈਕ ਕਹਿ ਲਓ
ਤੇ ਸੇਮ ਹੀ ਬੱਚਾ ਜਿਵੇਂ ਮੇਰੀ ਐਂਟਰੀ ਲੈਵਲ ਜੋਬ ਆਈ ਥਿੰਕ $27-28 ਤੋਂ ਸ਼ੁਰੂ ਹੋਈ ਸੀਗੀ ਪਰ ਘੰਟੇ ਦੀ ਸੋ ਇਹਦੇ ਵਿੱਚ ਲਾਈਕ ਮੋਸਟਲੀ ਪੈਕੇਜਸ 'ਤੇ ਹੁੰਦਾ ਵਾ ਇੱਦਾਂ ਲਾਈਕ ਬਾਹਲਾ ਕੁਛ ਆ ਆਈ ਟੀ ਦੀ ਜੋਬਸ ਦੋ ਤਰੀਕੇ 'ਚ ਆਪਾਂ ਸਪਲਿਟ ਕਰੀਏ ਬੇਸਿਕਲੀ ਇੱਕ ਹੁੰਦੀ ਆ ਫੁੱਲ ਟਾਈਮ ਜੋਬ ਇੱਕ ਹੁੰਦੀ ਆ ਕੰਟਰੈਕਟ ਜੋਬ ਫੁੱਲ ਟਾਈਮ 'ਚ ਪੈਸੇ ਘੱਟ ਹੁੰਦੇ ਆ ਸਕਿਉਰਿਟੀ ਵੱਧ ਹੁੰਦੀ ਆ ਜੋਬ ਸਕਿਉਰਿਟੀ ਵੀ ਤੁਹਾਨੂੰ ਕੱਢਣਗੇ ਨਹੀਂ ਕੰਟਰੈਕਟ ਦੇ ਵਿੱਚ ਪੈਸੇ ਬਹੁਤ ਜ਼ਿਆਦਾ ਹੁੰਦੇ ਆ ਆਵਰਲੀ ਮੋਸਟਲੀ ਚਾਰਜ ਕਰਦੇ ਆ ਪਰ ਇਹਦੀ ਜੋਬ ਸਕਿਉਰਿਟੀ ਨਹੀਂ ਹੁੰਦੀ ਲਾਈਕ 6 ਮਹੀਨੇ ਦਾ ਕੰਟਰੈਕਟ ਹੁੰਦਾ ਉਸ ਤੋਂ ਬਾਅਦ ਜਾਂ ਕੰਟਰੈਕਟ ਰੀਨਿਊ ਹੋਊਗਾ ਜਾਂ ਤੁਹਾਨੂੰ ਦੁਬਾਰਾ ਇੱਕ ਹੋਰ ਨਵੀਂ ਕੰਪਨੀ ਕੰਟਰੈਕਟ ਲੱਭਣਾ ਪੈਣਾ ਵਾ ਕੰਟਰੈਕਟ ਵਾਲੇ ਦੇ ਵਿੱਚ ਤੁਸੀਂ ਵੱਧ ਆਪਣੇ ਪੈਸੇ ਸੇਵ ਕਰ ਸਕਦੇ ਹੋ ਟੈਕਸਿਸ ਲਾਈਕ ਤੁਸੀਂ ਟੈਕਸਿਸ ਆਪਣੇ ਕਲੇਮ ਕਰ ਸਕਦੇ ਹੋ ਜੋਬ ਦੇ ਵਿੱਚ ਲਾਈਕ ਸਿੱਧਾ ਹੀ ਟੈਕਸ ਤੁਹਾਡਾ ਪ੍ਰੋਪਰ ਕੱਟਿਆ ਜਾਊਗਾ ਹੁਣ ਆਈ ਟੀ ਦੇ ਵਿੱਚ ਤੁਸੀਂ ਕਿਹੜੀ ਪ੍ਰੋਫਾਈਲ ਚੂਜ਼ ਕਰਦੇ ਹੋ ਉਹਦੇ ਉੱਤੇ ਵੀ ਬਹੁਤ ਮੈਟਰ ਕਰਦਾ ਜਿਵੇਂ ਆਈ ਟੀ ਦੇ ਵਿੱਚ ਸਪੋਰਟ ਹੁੰਦੀ ਹੈ ਸਪੋਰਟ ਹੁੰਦਾ ਤੁਸੀਂ ਇੱਕ ਚੀਜ਼ ਬਣੀ ਹੋਈ ਆ ਉਹਨੂੰ ਸਪੋਰਟ ਕਰ ਰਹੇ ਹੋ ਉਹ 'ਚ ਵੀ ਕੋਈ ਵੀ ਖਰਾਬੀ ਆ ਗਈ ਉਹਨੂੰ ਤੁਸੀਂ ਸਹੀ ਕਰਨਾ ਵਾ ਸੋ ਉਹ ਸਪੋਰਟ ਕਰਨ ਦੇ ਪੈਸੇ ਥੋੜ੍ਹੇ ਜਿਹੇ ਘੱਟ ਹੁੰਦੇ ਇਨਸਟੈਡ ਆਫ ਜਿਹਨੇ ਚੀਜ਼ ਬਣਾਈ ਆ ਉਹਨੂੰ ਡੈਵਲਪਰ ਕਹਿ ਦਿੰਦੇ ਆ ਡੈਵਲਪਮੈਂਟ ਸੋ ਜਿਹੜੇ ਡੈਵਲਪਰ ਨੇ ਜਿਹੜੀ ਪ੍ਰੋਗਰਾਮਿੰਗ ਕੋਡਿੰਗ ਲੈਂਗੁਏਜ ਤੁਸੀਂ ਵਰਡਿੰਗ ਸੁਣੇ ਹੋਏ ਸੋ ਮੈਂ ਬੇਸਿਕਲੀ ਉਵੇਂ ਸਮਝਾ ਰਿਹਾ ਵੀ ਕਿਸੇ ਬੱਚੇ ਨੂੰ ਨਹੀਂ ਵੀ ਪਤਾ ਇਹ ਚੀਜ਼ਾਂ ਹਨ ਜਿਹਨਾਂ ਨੂੰ ਪਤਾ ਨਹੀਂ ਆਲਰੇਡੀ ਉਹਨਾਂ ਨੂੰ ਕਲੀਅਰ ਆ ਸੋ ਜਿਹੜੇ ਬੰਦੇ ਨੇ ਚੀਜ਼ ਬਣਾਈ ਆ ਉਹਨੇ ਡੈਵਲਪ ਕੀਤੀ ਆ ਕੋਡ ਕਰਕੇ ਲਿਖਿਆ ਵਾ ਉਹਨਾਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਲਾਈਕ ਜਿਹੜੇ ਮੇਰੇ ਨਾਲ ਐਂਟਰੀ ਲੈਵਲ ਡੈਵਲਪਰ ਸੀਗੇ ਉਹਨਾਂ ਦੀ ਤਨਖਾਹ $80,000 $70,000 ਤੋਂ ਸ਼ੁਰੂ ਹੁੰਦੀ ਹੈ ਅਤੇ ਉਹਦੀ ਕੋਈ ਹੱਦ ਨਹੀਂ ਹੈਗੀ $2,50,000 ਜਿਹੜੇ ਲੈਂਦੇ ਆ ਉਹ ਵੀ ਡੈਵਲਪਰ ਬੈਠੇ ਆ ਇਨਸਟੈਡ ਆਫ ਜਿਹੜੇ ਸਪੋਰਟ ਵਾਲੇ ਬੱਚਿਆਂ ਨੂੰ ਰੱਖਦੇ ਆ ਉਹ ਲਾਈਕ ਸੈਲਰੀ ਸ਼ੁਰੂ ਹੁੰਦੀ ਆ $35,000 ਮੇਰੀ ਸੀਗੀ $60,000 $55,000 $1,500 ਸੀ ਜਿਹੜੀ ਮੇਰੀ ਪਹਿਲੀ ਜੋਬ ਸੀਗੀ ਪਰ ਈਅਰ ਦੀ ਸੋ ਤੁਹਾਨੂੰ ਮਹੀਨੇ ਦੇ ਵਿੱਚ ਬੇਸਿਕਲੀ $5,000-5,000 ਆ ਜਾਂਦੇ ਆ ਸੋ ਆਈ ਟੀਜ਼ ਦੇ ਵਿੱਚ ਇੱਦਾਂ ਵਾ ਵੀ ਜਿਵੇਂ ਮੈਂ ਦੱਸਿਆ ਵੀ ਜਿਹੜੀ ਤੁਹਾਡੀ ਜੋਬ ਪ੍ਰੋਫਾਈਲ ਆ ਸਪੋਰਟ ਕਰਦੇ ਹੋ ਤੁਸੀਂ ਡੈਵਲਪਰ ਹੋ ਡੇਟਾ ਦੇ ਅਰਾਊਂਡ ਕੰਮ ਕਰਦੇ ਹੋ ਅਤੇ ਅੱਜ ਕੱਲ੍ਹ ਜਿਹੜੀ ਮੋਸਟ ਡਿਮਾਂਡਿੰਗ ਆ ਉਹ ਕਹਿ ਲਓ ਵੀ ਜਿਹੜੀ ਡੇਟਾ ਸਿਕਿਉਰਿਟੀ ਹੋ ਗਈ ਆਪਣੀ ਜਿਹੜੀ ਸਿਕਿਉਰਿਟੀ ਦੇ ਵਿੱਚ ਜਿਨ੍ਹਾਂ ਦੀ ਪ੍ਰੋਫਾਈਲ ਆ ਉਹਨਾਂ ਦੀ ਬਹੁਤ ਡਿਮਾਂਡ ਆ ਤੁਸੀਂ ਫਾਇਰਵਾਲ 'ਤੇ ਕੰਮ ਕਰਦੇ ਹੋ ਜਾਂ ਤੁਸੀਂ ਬੇਸਿਕਲੀ ਪ੍ਰੋਗਰਾਮ ਲਿਖ ਕੇ ਕਿਸੇ ਚੀਜ਼ ਨੂੰ ਸਿਕਿਉਰ ਕਰ ਰਹੇ ਹੋ F5 ਲੋਡ ਬੈਲੈਂਸਰ 'ਤੇ ਕੰਮ ਕਰਦੇ ਹੋ ਤਾਂ ਜਿਹੜੇ ਬੰਦੇ ਅੱਜ ਕੱਲ੍ਹ ਸਿਕਿਉਰਿਟੀ ਦੇ ਵਿੱਚ ਡਿਵਲਪਮੈਂਟ ਦੇ ਵਿੱਚ ਕੰਮ ਕਰ ਰਹੇ ਨੇ ਡੇਟਾ ਦੇ ਅਰਾਊਂਡ ਕੰਮ ਕਰ ਰਹੇ ਨੇ ਉਹਨਾਂ ਦੀਆਂ ਸੈਲਰੀਜ਼ ਬਹੁਤ ਜ਼ਿਆਦਾ ਹੁੰਦੀਆਂ ਨੇ ਡਿਪੈਂਡ ਕਰਦਾ ਮੇਰਾ ਜਿਹੜਾ ਇੱਕ ਮੇਰੇ ਨਾਲ ਮੁੰਡਾ ਕੰਮ ਕਰਦਾ ਸੀਗਾ ਉਹ ਸਾਡੀ ਮੇਰੇ ਲਾਈਕ ਮੇਰੀ ਕੰਪਨੀ ਦੇ ਵਿੱਚ ਲੱਗਿਆ ਹੋਇਆ ਸੀਗਾ $24 ਘੰਟੇ 'ਤੇ ਉਹਨੂੰ $24 ਮਿਲਦੇ ਸੀ ਇੱਕ ਘੰਟੇ ਦੇ ਪਰ ਉਹਨੇ ਫਿਰ ਸਵਿੱਚ ਕੀਤੀ ਸਵਿੱਚ ਮਤਲਬ ਉਹਨੇ ਇੱਕ ਕੰਪਨੀ ਛੱਡ ਕੇ ਦੂਜੀ ਕੰਪਨੀ ਜੁਆਇਨ ਕੀਤੀ ਤੁਸੀਂ ਮੰਨੇਗਾ ਉਹਨੂੰ ਇਸ ਟਾਈਮ ਮਿਲ ਰਹੇ ਨੇ $96 ਪਰ ਆਵਰ ਸਿੱਧਾ $24 ਤੋਂ $96 ਕਿਉਂ ਕਿਉਂਕਿ ਆਪਣੀ ਸਕਿੱਲ ਅਪਗ੍ਰੇਡ ਕਰਦਾ ਰਿਹਾ ਆਈ ਟੀ ਦੇ ਵਿੱਚ ਬੇਸਿਕਲੀ ਇਹੀ ਆ ਤੁਸੀਂ ਵੱਧੋ ਵੱਧ ਸਰਟੀਫਿਕੇਸ਼ਨਸ ਕਰਨੀਆਂ ਨੇ ਸਰਟੀਫਿਕੇਸ਼ਨ ਜਦੋਂ ਤੁਹਾਡੇ ਰੈਜ਼ਿਊਮੇ ਦੇ ਵਿੱਚ ਐਡ ਹੋਣਗੇ ਤਾਂ ਜਿਹੜਾ ਬੰਦਾ ਰੈਜ਼ਿਊਮੇ ਦੇਖੂਗਾ ਉਹ ਤਾਂ ਤੁਸੀਂ ਕੁਛ ਮਰਜ਼ੀ ਲਿਖ ਦਿਓ ਪਰ ਜਦੋਂ ਇੱਕ ਸਰਟੀਫਿਕੇਸ਼ਨ ਆ ਜਾਂਦੀ ਆ ਇੱਕ ਤਰੀਕੇ ਦਾ ਲਾਇਸੈਂਸ ਹੀ ਹੁੰਦਾ ਵਾ ਸਰਟੀਫਿਕੇਸ਼ਨ ਆ ਗਈ ਫਿਰ ਜਿਹੜਾ ਬੰਦਾ ਰੈਜ਼ਿਊਮੇ ਦੇਖ ਰਿਹਾ ਉਹਨੂੰ ਪਤਾ ਲੱਗ ਜਾਣਾ ਵੀ ਯਾਰ ਹਾਂ ਬੰਦੇ ਨੂੰ ਐਟਲੀਸਟ ਐਨੀ ਨੌਲੇਜ ਹੈਗੀ ਇਹਨੇ ਇੱਕ ਸਰਟੀਫਿਕੇਸ਼ਨ ਇਹਨੇ ਇੱਕ ਟੈਸਟ ਕਲੀਅਰ ਕੀਤਾ ਹੋਇਆ ਵਾ ਸੋ ਆਈ ਟੀ ਦੇ ਵਿੱਚ ਇਹੀ ਪੰਗਾ ਵੀ ਤੁਹਾਨੂੰ ਅਪਡੇਟ ਅਪਡੇਟ ਗਰੋਥ ਨਾਲ ਦੀ ਨਾਲ ਕਰਦੇ ਰਹਿਣਾ ਪੈਂਦਾ ਵਾ ਅਤੇ ਸੇਮ ਪ੍ਰੋਫਾਈਲ ਸੇਮ ਸਕਿੱਲਸ ਕੋਈ ਬੰਦਾ $24 ਅਰਨ ਕਰ ਰਿਹਾ ਵਾ ਅਤੇ ਕੋਈ $70 ਅਰਨ ਕਰ ਰਿਹਾ ਵਾ ਤੁਹਾਡੇ ਕੋਲ ਸੇਮ ਸਕਿੱਲਸ ਨੇ ਕਿਸਮਤ ਵੀ ਇੱਕ ਬਹੁਤ ਵੱਡਾ ਫੈਕਟਰ ਆ ਬਾਕੀ ਡਿਪੈਂਡ ਕਰਦਾ ਤੁਸੀਂ ਕਿਹੜੀ ਪ੍ਰੋਵਿੰਸ ਦੇ ਵਿੱਚ ਰਹਿੰਦੇ ਹੋ ਜਿੱਦਾਂ ਓਨਟਾਰੀਓ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਟੋਰਾਂਟੋ ਮੇਨ ਹੱਬ ਕਹਿ ਲਓ ਆਈ ਟੀ ਦੀ ਆਟੋਵਾ ਆ ਗਿਆ ਹੈ ਨਾ ਉਰੇ ਜ਼ਿਆਦਾ ਜੋਬਸ ਨੇ ਆਈ ਟੀ ਦੀਆਂ ਉਰੇ ਵਾਟਰਲੂ ਆ ਗਿਆ ਸਾਰੀਆਂ ਮੇਨ ਯੂਨੀਵਰਸਿਟੀਜ਼ ਉਰੇ ਨੇ ਇਹ ਤੋਂ ਬਾਅਦ ਆਪਾਂ ਗੱਲ ਕਰੀਏ BC ਚਲੇ ਜਾਓ BC ਵੈਨਕੂਵਰ ਦੇ ਵਿੱਚ ਆਈ ਟੀ ਦੀਆਂ ਬਹੁਤ ਜੋਬਸ ਨੇ ਉਹ ਤੋਂ ਬਾਅਦ ਮੈਨੀਟੋਬਾ ਕਿਊਬੈਕ ਇਹਨਾਂ ਪ੍ਰੋਵਿੰਸਿਸ ਦੇ ਵਿੱਚ ਵੀ ਮਤਲਬ ਬਹੁਤ ਜੋਬਸ ਨੇ ਸੋ ਡਿਪੈਂਡ ਕਰਦਾ ਤੁਸੀਂ ਕਿਹੜਾ ਪ੍ਰੋਫੈਸ਼ਨ ਚੁਣਿਆ ਵਾ ਕਿਹੜੀ ਪ੍ਰੋਵਿੰਸ ਦੇ ਵਿੱਚ ਚੁਣਿਆ ਵਾ ਤਾਂ ਕਿਹੜੇ ਟਾਈਮ ਦੇ ਵਿੱਚ ਚੁਣਿਆ ਅਤੇ ਤੁਸੀਂ ਕਿੰਨੇ ਕੁ ਲੱਕੀ ਹੋ ਸਹੀ ਓਪਰਚੁਨਿਟੀ ਗ੍ਰੈਬ ਕਰਨ ਨੂੰ ਲਾਈਕ ਉਹੀ ਮੁੰਡੇ ਨੇ ਵਿਚਾਰਾ ਉਹੀ $24 'ਤੇ ਕੰਮ ਕਰ ਰਿਹਾ ਸੀ ਅਤੇ ਇੱਕ ਸਾਲ ਦੇ ਵਿੱਚ ਉਹਨੇ ਕੋਈ ਐਡੀ ਵੱਡੀ ਤਰੱਕੀ ਵੀ ਨਹੀਂ ਕੀਤੀ ਪਰ ਉਹ $96 ਘੰਟੇ ਦੇ ਉੱਤੇ ਕੰਮ ਕਰ ਰਿਹਾ ਉਹਨੇ ਕੰਟਰੈਕਟ ਜੋਬ ਚੱਕੀ ਆ ਤਾਂ ਗੱਲ ਉਰੇ ਮੁੱਕਦੀ ਆ ਜਦੋਂ ਆਪਾਂ ਆਈ ਟੀ ਕੰਪਿਊਟਰ ਦੇ ਵਿੱਚ ਜੋਬ ਕਰਦੇ ਹਾਂ ਤੁਹਾਡੀ $30 ਤੋਂ ਵੀ ਸਟਾਰਟਿੰਗ ਹੋ ਸਕਦੀ ਆ $25 ਤੋਂ ਵੀ ਹੋ ਸਕਦੀ ਆ $20 ਤੋਂ ਵੀ ਹੋ ਸਕਦੀ ਹੈ $15 ਤੋਂ ਵੀ ਹੋ ਸਕਦੀ ਹੈ ਪਰ ਜੋਬਸ ਇੰਨੀਆਂ ਜ਼ਿਆਦਾ ਨੇ ਕਿ ਤੁਸੀਂ ਆਪਣੀ ਸਕਿੱਲ ਅਪਡੇਟ ਕਰਦੇ ਰਹੋਗੇ ਆਪ ਗਰੋਥ ਕਰਨਾ ਚਾਹੇਂਗੇ ਤਾਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਹੈਗਾ ਤੁਸੀਂ ਇੱਕ ਸਾਲ ਦੇ ਵਿੱਚ ਹੀ $50,000 ਦੀ ਜੋਬ ਤੋਂ $80,000 ਦੀ ਜੋਬ 'ਤੇ ਜਾ ਸਕਦੇ ਹੋ ਉਦੋਂ ਬਾਅਦ ਤੁਸੀਂ $80,000-1.5 ਲੱਖ 'ਤੇ ਜਾ ਸਕਦੇ ਹੋ ਸੋ ਮੈਂ ਇੱਦਾਂ ਕਹੂੰਗਾ ਵੀ $35,000 ਤੋਂ ਸਟਾਰਟਿੰਗ ਲੈ ਕੇ $2,00,000 ਤੱਕ ਆਈ ਟੀ ਦੀ ਜੋਬਸ ਦੀ ਸੈਲਰੀ ਹੈਗੀ ਆ $2,00,000 ਲੈ ਕੇ ਮੈਂ ਐਕਸਟ੍ਰੀਮ ਕਹਿ ਰਿਹਾ ਵਾ ਵੀ ਬਹੁਤ ਘੱਟ ਬੰਦਿਆਂ ਦਿੰਦੀ ਆ ਜਿਹਦੇ ਵਿੱਚ ਬਹੁਤ ਜ਼ਿਆਦਾ ਸਕਿੱਲ ਆ ਮੇਬੀ ਆਰਕੀਟੈਕਚਰ ਲੈਵਲ 'ਤੇ ਜਿਹੜੇ ਬੰਦੇ ਕੰਮ ਕਰਦੇ ਆ ਹੁਣ ਆਪਾਂ ਤੀਜੇ ਪ੍ਰੋਫੈਸ਼ਨ ਦੀ ਗੱਲ ਕਰਦੇ ਹਾਂ ਉਹ ਹੈਗੇ ਇੰਜੀਨੀਅਰਸ ਉਹਦੇ ਵਿੱਚ ਤੁਸੀਂ ਸਾਰੀ ਮੰਨ ਲਓ ਲਾਈਕ ਸਿਵਲ ਇੰਜੀਨੀਅਰਸ ਹੋ ਗਏ ਇਲੈਕਟ੍ਰੀਕਲ ਇੰਜੀਨੀਅਰਸ ਹੋ ਗਏ ਮਕੈਨੀਕਲ ਇੰਜੀਨੀਅਰਸ ਹੋ ਗਏ ਮਾਈਨਿੰਗ ਇੰਜੀਨੀਅਰਸ ਹੋ ਗਏ ਜਿਹੜੇ ਲਾਈਕ ਆਇਲ ਗੈਸ ਡ੍ਰਿਲਰਸ ਹੁੰਦੇ ਆ ਅਤੇ ਫਿਰ ਲਾਈਕ ਆਈ ਟੀ ਦੇ ਵਿੱਚ ਗੱਲ ਕਰੀਏ ਸੋਫਟਵੇਅਰ ਇੰਜੀਨੀਅਰ ਹਾਰਡਵੇਅਰ ਇੰਜੀਨੀਅਰ ਚਲੋ ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ ਸੋ ਜਿਹੜੇ ਇਹ ਸਾਰੇ ਪ੍ਰੋਫੈਸ਼ਨਸ ਨੇ ਇਹਨਾਂ ਦੀਆਂ ਵੀ ਹਾਈਲੀ ਪੇਡ ਸੈਲਰੀਜ਼ ਹੈਗੀਆਂ ਨੇ ਤੁਸੀਂ $1,00,000 ਤੱਕ ਕਮਾ ਸਕਦੇ ਜੇ ਤੁਹਾਡੇ ਕੋਲ 1-2 ਸਾਲ ਦਾ ਵਰਕ ਐਕਸਪੀਰੀਅੰਸ ਹੈਗਾ ਵਾ ਬਾਕੀ
ਸੋ ਇੰਜੀਨੀਅਰਿੰਗ ਜੇ ਤੁਸੀਂ ਕੋਈ ਵੀ ਕਰਦੇ ਹੋ ਮੈਂ ਰੈਕਮੈਂਡ ਕਰੂੰਗਾ ਵੀ ਕੰਪਿਊਟਰ ਸਾਇੰਸ ਦੀ ਕਰ ਲਓ ਬਾਕੀ ਜੇ ਤੁਹਾਡਾ ਲਾਈਕ ਪੈਸ਼ਨ ਆ ਉਰੇ ਮੇਰਾ ਇੱਕ ਫਰੈਂਡ ਆ ਉਹ ਮਕੈਨੀਕਲ ਦੇ ਵਿੱਚ ਹੌਂਡਾ ਦੇ ਵਿੱਚ ਕੰਮ ਕਰਦਾ ਉਹਦੀ ਵੀ ਬਹੁਤ ਵਧੀਆ ਸੈਲਰੀ ਆ ਬਾਕੀ ਉਹਨੂੰ ਘੁੰਮਣ ਨੂੰ ਵੀ ਕਾਫੀ ਜਗ੍ਹਾਵਾਂ ਮਿਲਦੀਆਂ ਨੇ ਹੁਣ ਆਪਾਂ ਗੱਲ ਕਰਦੇ ਹਾਂ ਡਰਾਈਵਿੰਗ ਪ੍ਰੋਫੈਸ਼ਨ ਦੀ ਲਾਈਕ ਇੰਡੀਆ ਦੇ ਵਿੱਚ ਡਰਾਈਵਰਸ ਜਿਹੜੇ ਟਰੱਕ ਡਰਾਈਵਰਸ ਹੁੰਦੇ ਆ ਉਹਨਾਂ ਨੂੰ ਕਈ ਵਾਰ ਇੰਨੇ ਰਿਸਪੈਕਟਫੁੱਲ ਵੇ ਨਾਲ ਜਦੋਂ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਕਈ ਲੋਕ ਨਹੀਂ ਉਹਨਾਂ ਨੂੰ ਐਜ਼ ਆ ਰਿਸਪੈਕਟਫੁੱਲ ਕਹਿ ਲਓ ਵੀ ਇੱਕ ਪ੍ਰੋਫੈਸ਼ਨ ਹੀ ਮੰਨਦੇ ਹੈਗੇ ਪਰ ਕੈਨੇਡਾ ਦੇ ਵਿੱਚ ਇੱਦਾਂ ਨਹੀਂ ਹੈਗਾ ਜੇ ਤੁਸੀਂ ਕੈਨੇਡਾ ਦੇ ਵਿੱਚ ਡਰਾਈਵਿੰਗ ਕਰਨੀ ਹੋ ਤਾਂ ਤੁਸੀਂ ਇੱਕ ਵਧੀਆ ਚੰਗੀ ਇਨਕਮ ਬਣਾ ਸਕਦੇ ਹੋ ਡਿਪੈਂਡ ਕਰਦਾ ਫੋਰ ਐਗਜ਼ਾਮਪਲ ਤੁਸੀਂ ਜੇ ਫੋਰਕਲਿਫਟ ਡਰਾਈਵਰ ਹੋ ਤਾਂ ਤੁਸੀਂ $25 ਵੇਅਰਹਾਊਸਿਸ ਦੇ ਵਿੱਚ ਲੈ ਸਕਦੇ ਹੋ $20 $22 ਇੱਦਾਂ ਇੱਦਾਂ ਉਹਦੇ ਲਈ ਵੀ ਤੁਹਾਨੂੰ ਇੱਕ ਲਾਇਸੈਂਸ ਕਲੀਅਰ ਕਰਨਾ ਪੈਂਦਾ ਵਾ ਜੇ ਤੁਸੀਂ ਟਰੱਕ ਚਲਾਉਣਾ ਵਾ ਉਹਦੇ ਵਿੱਚ ਵੀ ਕਈ ਬ੍ਰਾਂਚਸ ਬਣ ਜਾਂਦੀਆਂ ਸੋ ਇੱਦਾਂ ਇੱਕ ਪ੍ਰੋਪਰ ਵੇਅਰ ਨਾਲ ਮੈਂ ਤੁਹਾਨੂੰ ਐਗਜ਼ੈਕਟ ਫਿਗਰ ਨਹੀਂ ਦੇ ਸਕਦਾ ਫੋਰ ਐਗਜ਼ਾਮਪਲ ਤੁਸੀਂ ਟਰੱਕ ਚਲਾਉਣਾ ਵਾ ਇੱਕ ਬੰਦੇ ਟਰੱਕ ਚਲਾਉਂਦੇ ਆ ਲੌਂਗ ਹੌਲ ਲੌਂਗ ਹੌਲ ਦਾ ਮਤਲਬ ਹੁੰਦਾ ਤੁਸੀਂ ਅਕਰੋਸ ਦਾ ਕੰਟਰੀ ਵੀ ਜਾ ਰਹੇ ਹੋ ਜਿਵੇਂ ਕੈਨੇਡਾ ਤੋਂ US ਜਾਂ ਕੈਨੇਡਾ ਦੇ ਵਿੱਚ ਹੀ ਦੂਰ ਦੂਰ ਕੰਮ ਕਰ ਰਹੇ ਹੋ ਇੱਕ ਹੁੰਦਾ ਸ਼ਾਰਟ ਹੌਲ ਉਹ ਹੁੰਦਾ ਸਿਟੀ ਦੇ ਰਾਊਂਡ ਹੀ ਕੰਮ ਕਰਨਾ ਮਤਲਬ ਸਵੇਰੇ ਤੁਸੀਂ ਉੱਠਣਾ ਟਰੱਕ ਚੱਕਣਾ ਮੇ ਵੀ ਤੁਹਾਡੀਆਂ ਮਲਟੀਪਲ ਪਿਕਅਪਸ ਵੀ ਹੋ ਸਕਦੀਆਂ ਨੇ ਤੁਸੀਂ ਉਰੋ ਲੋਡ ਚੱਕਿਆ ਸਿਟੀ ਦੇ ਵਿੱਚ ਹੀ ਉਰੇ ਲਾਤਾ ਦੂਜੀ ਸਿਟੀ ਦੇ ਵਿੱਚ ਲਾਤਾ ਤੀਜੀ ਸਿਟੀ ਦੇ ਵਿੱਚ ਲਾਤਾ ਪਰ ਸ਼ਾਮ ਨੂੰ ਤੁਸੀਂ ਘਰੇ ਆ ਸਕਦੇ ਹੋ ਲੌਂਗ ਹੌਲ ਦੇ ਵਿੱਚ ਤੁਸੀਂ ਮਤਲਬ 2-3 ਦਿਨਾਂ ਲਈ ਗਏ ਹੋ ਮੇ ਵੀ 2 ਦਿਨਾਂ ਦਾ ਗੇੜਾ ਮੇ ਵੀ ਤੁਹਾਡਾ ਹਫ਼ਤੇ ਦਾ ਗੇੜਾ ਵਾ ਉੱਤੇ ਡਿਪੈਂਡ ਕਰਦਾ ਜਿਵੇਂ ਜਿਹੜੇ ਲੌਂਗ ਹੌਲ ਨੇ ਉਹ ਵਾਲੇ ਵੱਧ ਪੈਸੇ ਕਮਾਉਂਦੇ ਆ $6,000-$7,000 ਕਮਾ ਲੈਂਦੇ ਆ ਫਿਰ ਜਿਹੜੇ ਹੈਗੇ ਨੇ ਸ਼ਾਰਟ ਹੌਲ ਵਾਲੇ ਉਹ ਆਪਣਾ $4,000-$5,000 ਕਮਾ ਲੈਂਦੇ ਆ ਮਹੀਨੇ ਦਾ ਅਗੇਨ ਉਹ ਤੋਂ ਬਾਅਦ ਇੱਕ ਹੋਰ ਫੈਕਟਰ ਆ ਜਾਂਦਾ ਵਾ ਇੱਕ ਹੁੰਦਾ ਓਨਰ ਓਪਰੇਟਰ ਵੀ ਤੁਸੀਂ ਉਹ ਓਨਰ ਹੋ ਟਰੱਕ ਦੇ ਤੁਸੀਂ ਉਹ ਓਪਰੇਟਰ ਹੋ ਔਰ ਤੁਹਾਡੀ ਇੱਕ ਤਰੀਕੇ ਦੀ ਆਪਣੀ ਕੰਪਨੀ ਆ ਤੁਸੀਂ ਟਰੱਕ ਨੂੰ ਓਨ ਕਰਦੇ ਹੋ ਹੁਣ ਉਹ ਬੰਦਾ ਲੌਂਗ ਹੌਲ ਦੇ ਵਿੱਚ ਵੀ ਵੱਧ ਪੈਸੇ ਕਮਾਊਗਾ ਸ਼ਾਰਟ ਹੌਲ ਦੇ ਵਿੱਚ ਵੀ ਵੱਧ ਪੈਸੇ ਕਮਾਊਗਾ ਅਤੇ ਉਸ ਤੋਂ ਇਲਾਵਾ ਜਿਹੜੇ ਬੰਦੇ ਕੰਪਨੀ ਡਰਾਈਵਰਸ ਹੁੰਦੇ ਆ ਜਿਹੜੇ ਕੰਪਨੀ ਦੇ ਨਾਲ ਕੰਮ ਕਰਦੇ ਆ ਅਤੇ ਉਹ ਓਬਵੀਅਸਲੀ ਓਨਰ ਓਪਰੇਟਰ ਤੋਂ ਘੱਟ ਪੈਸੇ ਕਮਾਉਣਗੇ ਪਰ ਉਹਨਾਂ ਨੂੰ ਟਰੱਕ ਦੀ ਮੇਨਟੇਨੈਂਸ ਨਹੀਂ ਦੇਖਣੀ ਪੈਂਦੀ ਉਹਨਾਂ ਦਾ ਹੈਡੇਕ ਬਹੁਤ ਘੱਟ ਜਾਂਦਾ ਵਾ ਕੱਲ੍ਹ ਨੂੰ ਟਰੱਕ ਨੂੰ ਕੁਛ ਹੋ ਜਾਵੇ ਓਨਰ ਓਪਰੇਟਰ 'ਤੇ ਜ਼ਿਆਦਾ ਵਿਚਾਰੇ ਦੀ ਜ਼ਿੰਮੇਵਾਰੀ ਹੁੰਦੀ ਉਹਦੇ ਉੱਤੇ ਲਾਈਕ ਉਹਨੂੰ ਪੈਸੇ ਵੀ ਜ਼ਿਆਦਾ ਆਉਂਦੇ ਆ ਪਰ ਉਹਦੇ 'ਤੇ ਲੋਡ ਵੀ ਹੁੰਦਾ ਉਹਦੇ 'ਤੇ ਰਿਸਕ ਵੀ ਜ਼ਿਆਦਾ ਆ ਤਾਂ ਟਰੈਕਿੰਗ ਪ੍ਰੋਫੈਸ਼ਨ ਦਾ ਇਹ ਫਾਇਦਾ ਵਾ ਵੀ ਤੁਸੀਂ 12ਵੀਂ ਤੋਂ ਬਾਅਦ ਹੀ ਆਪਣਾ ਟਰੱਕ ਦਾ ਲਾਇਸੈਂਸ ਲੈ ਸਕਦੇ ਹੋ ਪੜ੍ਹਾਈ ਹੁੰਦੀ ਆ ਇਹਦੀ ਵੀ ਹੁਣ ਅੱਜ ਕੱਲ੍ਹ ਪੜ੍ਹਾਈ ਹੋਣ ਲੱਗੀ ਪਹਿਲਾਂ ਤੁਸੀਂ ਸਿੱਧਾ ਟੈਸਟ ਦਿੰਦੇ ਸੋ ਇਹਦੀ ਲਾਈਕ ਲਾਇਸੈਂਸ ਦੀ ਤਿਆਰੀ ਕਰੋ $5,000 ਲੱਗਦਾ ਜਦੋਂ ਰਵੀ ਨੇ ਲਿਆ ਸੀਗਾ ਆਈ ਡੋਂਟ ਨੋ ਹੁਣ 6-7 ਲੱਗਦਾ ਵੱਧੋ ਵੱਧ ਸੋ ਇੱਕ ਵਾਰ ਤੁਸੀਂ ਡਰਾਈਵਿੰਗ ਟੈਸਟ ਟਰੱਕ ਦਾ ਕਲੀਅਰ ਕਰ ਦਿੰਦੇ ਤੁਹਾਡੇ ਕੋਲ ਲਾਇਸੈਂਸ ਆ ਜਾਂਦਾ ਵਾ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ ਲਾਈਕ ਇੱਕ ਐਂਟਰੀ ਲੈਵਲ IT ਜੋਬ ਤੋਂ ਆਲਮੋਸਟ ਦੁੱਗਣੇ ਪੈਸੇ ਤੁਸੀਂ ਟਰੱਕ ਦੇ ਵਿੱਚ ਕਮਾ ਸਕਦੇ ਹੋ ਐਂਟਰੀ ਲੈਵਲ ਜੋਬ ਕਰਨ ਲਈ ਮੋਸਟਲੀ ਕਈ ਬੱਚਿਆਂ ਨੇ ਦੇਖ ਲਓ 12ਵੀਂ ਤੋਂ ਬਾਅਦ ਪਹਿਲਾਂ ਬੈਚਲਰਸ ਕੀਤੀ ਕਈਆਂ ਨੇ ਉਹ ਤੋਂ ਮਾਸਟਰ ਡਿਗਰੀ ਦੀ ਪੜ੍ਹਾਈ ਕੀਤੀ ਉਹ ਤੋਂ ਬਾਅਦ ਉਹਨਾਂ ਨੇ ਐਂਟਰੀ ਜੋਬ ਲਈ ਮਤਲਬ 6-7 ਸਾਲ ਉਹ ਪੜ੍ਹੀ ਗਏ ਫੋਰ ਐਗਜ਼ਾਮਪਲ ਉਹਨਾਂ ਨੂੰ 7 ਸਾਲ ਬਾਅਦ ਜੋਬ ਮਿਲੀ ਪਰ ਆਨ ਦਾ ਸੇਮ ਸਾਈਡ ਜਿਹੜੇ 12ਵੀਂ ਤੋਂ ਬਾਅਦ ਹੀ ਉਹਨੇ ਟਰੱਕਿੰਗ ਦਾ ਲਾਇਸੈਂਸ ਲੈ ਲਿਆ ਉਹ 7 ਸਾਲਾਂ ਦੇ ਵਿੱਚ ਜੇ ਉਹਨੇ $80,000-$50,000 ਸੇਵ ਕੀਤਾ ਇੱਕ ਸਾਲ ਦਾ ਤਾਂ ਕਿੰਨੀ ਮਨੀ ਇੱਕ ਘਰ ਤਾਂ ਉਹ ਪਹਿਲਾਂ ਹੀ ਸੇਵ ਕਰ ਚੁੱਕਿਆ ਵਾ ਹੁਣ ਤੁਸੀਂ ਕਹਿੰਗੇ ਵੀ ਟਰੱਕਿੰਗ ਦੇ ਵਿੱਚ ਉਰੇ ਇੰਨੇ ਪੈਸੇ ਕਿਉਂ ਨੇ ਹੁਣ ਉਹਦੇ ਸਾਰਾ ਕੰਮ ਜਿਹੜਾ ਸਾਰਾ ਸਮਾਨ ਆਉਂਦਾ ਵਾ ਸਟੋਰਾਂ ਦੇ ਵਿੱਚ ਵੇਅਰਹਾਊਸਾਂ ਦੇ ਵਿੱਚ ਕੰਪਨੀਆਂ ਦੇ ਵਿੱਚ ਉਹ ਟਰੱਕ ਕੈਨੇਡਾ ਅਮਰੀਕਾ ਦੇ ਵਿੱਚ ਚੱਲਦੇ ਆ ਉਹ ਮਤਲਬ ਸਾਰਾ ਕੰਮ ਬੇਸਿਕਲੀ ਫੂਡ ਤੋਂ ਲੈ ਕੇ A-Z ਕੱਪੜੇ ਤੋਂ ਲੈ ਕੇ ਸਾਰਾ ਕੰਮ ਟਰੱਕ ਕਰਦੇ ਆ ਉਰੇ ਦੀਆਂ ਤੁਹਾਨੂੰ ਵੈਦਰ ਕੰਡੀਸ਼ਨਸ ਪਤਾ ਹੀ ਨਹੀਂ ਉਰੇ ਸਨੋ ਦੇ ਵਿੱਚ ਟਰੱਕ ਚਲਾਉਣਾ ਹੈ ਨਾ ਕਿੰਨਾ ਜ਼ਿਆਦਾ ਔਖਾ ਵਾ ਇੰਨੀ ਲੰਬੀ ਡਰਾਈਵ ਕਰਨੀ ਕਿੰਨੀ ਜ਼ਿਆਦਾ ਔਖੀ ਆ ਟਰੱਕ ਬਹੁਤ ਵੱਡੇ ਵੱਡੇ ਨੇ ਤਾਂ ਇਸ ਕਰਕੇ ਉਰੇ ਡਰਾਈਵਿੰਗ ਜਿਹੜਾ ਪ੍ਰੋਫੈਸ਼ਨ ਆ ਉਹ ਇੱਕ ਰੀਅਲੀ ਗੁੱਡ ਪ੍ਰੋਫੈਸ਼ਨ ਆ ਤੁਹਾਨੂੰ ਉਰੇ ਜੇ ਪੰਜਾਬੀ ਕਦੇ ਮਿਲੂਗਾ ਉਹ ਜਿਹੜੇ ਪੁਰਾਣੇ ਇਹਨੂੰ ਇਹ ਕਹਿੰਦੇ ਵੀ ਜੇ ਪੈਰ ਲਾਉਣੇ ਆ ਤਾਂ ਬੰਦਾ ਟਰੈਕਿੰਗ ਦੇ ਵਿੱਚ ਜਾਵੇ ਪਰ ਰੀਸੈਂਟ ਟਾਈਮਸ ਦੇ ਵਿੱਚ ਇਹਨਾਂ ਦੀਆਂ ਸੈਲਰੀਜ਼ ਇੰਨੀਆਂ ਇਨਕਰੀਜ਼ ਨਹੀਂ ਹੋਈਆਂ ਸੈਲਰੀ ਆਲਮੋਸਟ ਥੋੜ੍ਹੀਆਂ ਥੋੜ੍ਹੀਆਂ ਡਿਕਰੀਜ਼ ਹੋਈਆਂ ਨੇ ਬਾਕੀ ਕੋਵਿਡ ਕਰਕੇ ਵੀ ਕਿਤੇ ਨਾ ਕਿਤੇ ਟਰੈਕਿੰਗ ਇਫੈਕਟ ਹੋਈ ਸੀ ਟਰੈਕਿੰਗ ਜਿਹੜੀ ਇੰਡਸਟਰੀ ਆ ਸੋ ਡਰਾਈਵਰ ਸਿਰਫ ਟਰੱਕ ਦੇ ਨਹੀਂ ਹੈਗੇ ਉਦੋਂ ਇਲਾਵਾ ਜੇ ਆਪਾਂ ਬੱਸਾਂ ਦੀ ਗੱਲ ਕਰੀਏ ਜਿਹੜੇ ਬੱਸਿਸ ਦੇ ਵਿੱਚ ਡਰਾਈਵਰ ਨੇ ਟ੍ਰਾਂਸਿਟ ਦੇ ਵਿੱਚ ਡਰਾਈਵਰ ਨੇ ਕਮਰਸ਼ੀਅਲ ਵਹੀਕਲ ਲਾਇਸੈਂਸ ਹੁੰਦਾ ਜਿਹਨਾਂ ਕੋਲ ਜਾਂ ਜਿਹੜਾ ਵੀ ਲਾਇਸੈਂਸ ਚਾਹੀਦਾ ਲਾਈਕ ਬੱਸ ਚਲਾਉਣ ਵਾਸਤੇ ਉਹਨਾਂ ਦੀ ਵੀ ਬਹੁਤ ਵਧੀਆ ਸੈਲਰੀਜ਼ ਨੇ $35 ਘੰਟੇ 'ਤੇ $28 ਘੰਟੇ 'ਤੇ ਇੱਦਾਂ ਦੀਆਂ ਸੈਲਰੀਜ਼ ਨੇ ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਪ੍ਰੋਵਿੰਸ ਦੇ ਵਿੱਚ ਰਹਿੰਦੇ ਹੋ ਕਿਹੜੀ ਸਿਟੀ ਦੇ ਵਿੱਚ ਬੱਸ ਚਲਾ ਰਹੇ ਹੋ ਨਾਲੇ ਲਾਈਕ ਜੋਬ ਬਹੁਤ ਵਧੀਆ ਹੁੰਦੀ ਆ ਇੱਕ ਬੱਸ ਆ ਤੁਸੀਂ ਆਪਣੇ 7-8 ਘੰਟੇ ਜਿੰਨਾ ਜਾਂ 12 ਘੰਟੇ ਦੀ ਜਿਹੜੀ ਸ਼ਿਫਟ ਆ ਉਹ ਕਰਨੀ ਆ ਅਤੇ ਮੈਂ ਮੋਸਟਲੀ ਦੇਖਿਆ ਕਈ ਡਰਾਈਵਰਸ ਨੂੰ ਤਾਂ ਈਵਨ ਲਾਈਕ ਪਿਕਅਪ ਗੱਡੀਆਂ ਵੀ ਮਿਲੀਆਂ ਵੀ ਉਹਨਾਂ ਨੂੰ ਗੱਡੀ ਨੇ ਚੱਕਣਾ ਗੱਡੀ ਉਹ ਚੱਕ ਕੇ ਲੈ ਕੇ ਆਊਗੀ ਕੰਮ 'ਤੇ ਗੱਡੀ ਉਹਨਾਂ ਨੂੰ ਛੱਡ ਕੇ ਆਊਗੀ ਸੋ ਇੱਕ ਬਹੁਤ ਵਧੀਆ ਪ੍ਰੋਫੈਸ਼ਨ ਆ ਉਹ ਵੀ ਜੇ ਤੁਸੀਂ ਆਪਣੀ ਕਿਸੇ ਵੀ ਬੱਸ TTC ਦੇ ਵਿੱਚ ਚਲਾ ਰਹੇ ਹੋ ਬ੍ਰੈਂਪਟਨ ਟ੍ਰਾਂਸਿਟ ਦੇ ਵਿੱਚ ਬੱਸ ਚਲਾ ਰਹੇ ਹੋ ਉਹਦੇ ਵਿੱਚ ਵੀ ਤੁਸੀਂ ਇੱਕ ਬਹੁਤ ਵਧੀਆ ਇਨਕਮ ਕਮਾ ਸਕਦੇ ਹੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅਗਲੇ ਪ੍ਰੋਫੈਸ਼ਨ ਅਕਾਊਂਟੈਂਟ ਇਹ ਵੀ ਇੱਕ ਬਹੁਤ ਵਧੀਆ ਪ੍ਰੋਫੈਸ਼ਨ ਅਕਾਊਂਟੈਂਟ ਦੋ ਨੇ ਦੋ ਤਰੀਕੇ ਦੇ ਕਹਿ ਲਓ ਵੀ ਇੱਕ ਉਹਨੇ ਕਿਸੇ ਦੇ ਉਹ ਜੋਬ ਕਰ ਰਿਹਾ ਵਾ ਇੱਕ ਉਹਨੇ ਆਪਣਾ ਬਿਜ਼ਨਸ ਖੋਲ੍ਹਿਆ ਉਹਨਾਂ ਨੂੰ ਪਤਾ ਕੈਨੇਡਾ ਦੇ ਵਿੱਚ ਕਿੰਨੀਆਂ ਜ਼ਿਆਦਾ ਫਰਮਸ ਨੇ ਲੋਕ ਮੋਸਟਲੀ ਬਿਜ਼ਨਸਿਸ ਰਨ ਕਰਦੇ ਆ ਸੋ ਸਾਰਿਆਂ ਨੇ
ਸੇਮ ਦੋ ਸਟੂਡੈਂਟਸ ਸੇਮ ਕੋਰਸ ਕੀਤਾ ਹੋਇਆ ਆਈ ਟੀ ਦਾ, ਇੱਕ ਬੱਚਾ $50,000 ਵੀ ਕਮਾ ਰਿਹਾ ਹੋ ਸਕਦਾ ਅਤੇ ਦੂਜਾ ਐਟ ਦ ਸੇਮ ਟਾਈਮ $1,50,000 ਵੀ ਕਮਾ ਰਿਹਾ ਸਾਲ ਦਾ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਬੈਂਕਿੰਗ ਦੇ ਵਿੱਚ ਜੋਬਸ ਹੁੰਦੀਆਂ ਨੇ ਜਾਂ ਜਿਹੜੇ ਕਹਿ ਲਓ ਵੀ ਆਪਣੇ ਮੈਨੇਜਰ ਲੈਵਲ 'ਤੇ ਜੋਬਸ ਹੁੰਦੀਆਂ ਨੇ, ਜਿਵੇਂ ਆਈ ਟੀ ਦੇ ਵਿੱਚ ਕਹਿ ਲਓ ਵੀ ਆਈ ਟੀ ਪ੍ਰੋਜੈਕਟ ਮੈਨੇਜਰਸ ਹੁੰਦੇ ਆ, ਉਹਨਾਂ ਦੀਆਂ ਵੀ ਬਹੁਤ ਵਧੀਆ ਤਨਖਾਹ ਨੇ, $1,00,000 ਨੂੰ ਹੱਥ ਲਾ ਦਿੰਦੇ ਆ ਉਹ ਵੀ ਥੋੜ੍ਹੇ ਸਾਲਾਂ 'ਚ। ਬਾਕੀ ਜਿਹੜੇ ਬਿਜ਼ਨਸ ਡਿਵਲਪਮੈਂਟ ਐਨਾਲਿਸਟ ਹੋ ਗਏ ਜਾਂ ਕਹਿ ਲਓ ਬਿਜ਼ਨਸ ਡਿਵਲਪਮੈਂਟ ਮੈਨੇਜਰ ਹੋ ਗਏ, ਉਹ ਵੀ ਹਰੇਕ ਬਿਜ਼ਨਸ ਉਹਨਾਂ ਦੀ ਲੋੜ ਪੈਂਦੀ ਹੋ ਰਹਿੰਦੀ ਆ, ਸੋ ਉਹਨਾਂ ਦੀਆਂ ਵੀ ਬਹੁਤ ਹਾਈ ਪੇਇੰਗ ਸੈਲਰੀਜ਼ ਹੁੰਦੀਆਂ ਨੇ। ਬਿਜ਼ਨਸ ਤੋਂ ਬਾਅਦ ਆਪਾਂ ਗੱਲ ਕਰੀਏ ਫਾਈਨੈਂਸਿਸ ਦੀ, ਫਾਈਨੈਂਸ਼ੀਅਲ ਐਨਾਲਿਸਟ ਹੋ ਗਿਆ, ਫਾਈਨੈਂਸ਼ੀਅਲ ਮੈਨੇਜਰ ਹੋ ਗਿਆ, ਫਾਈਨੈਂਸ਼ੀਅਲ ਐਡਵਾਈਜ਼ਰ ਹੋ ਗਿਆ, ਜਿਹੜੀ ਬੈਂਕਾਂ ਦੇ ਵਿੱਚ ਜੋਬ ਹੁੰਦੀ ਆ ਉਹਨਾਂ ਦੀ ਬਹੁਤ ਵਧੀਆ ਤਨਖਾਹਾਂ ਨੇ। ਬਾਕੀ ਉਹਨਾਂ ਨੂੰ ਲਾਈਕ ਸਟੋਕਸ ਬਾਰੇ ਸਾਰਾ ਕੁਝ ਪਤਾ ਹੀ ਹੁੰਦਾ, ਉਹ ਆਪਣਾ ਵੀ ਪੈਸਾ ਅਲੱਗ ਇਨਵੈਸਟ ਕਰਦੇ ਰਹਿੰਦੇ, ਉਹਨਾਂ ਨੂੰ ਨੌਲੇਜ ਇੰਨੀ ਜ਼ਿਆਦਾ ਹੁੰਦੀ ਆ ਸਟੋਕਸ ਬਾਰੇ, ਟ੍ਰੇਡਿੰਗ ਬਾਰੇ। ਉਸ ਤੋਂ ਇਲਾਵਾ ਬੈਂਕਾਂ ਦੇ ਵਿੱਚ ਉਹਨਾਂ ਨੂੰ ਆਪਣੇ ਅਲੱਗ ਰੂਮਸ ਮਿਲੇ ਹੁੰਦੇ ਆ, ਮਤਲਬ ਵਰਕ ਕਲਚਰ ਬਹੁਤ ਸੋਹਣਾ, ਬਹੁਤ ਕਲੀਨ ਪਲੇਸ 'ਤੇ ਕੰਮ ਕਰਦੇ ਆ, 9 to 5 ਉਹਨਾਂ ਦੀ ਜੋਬ ਹੁੰਦੀ ਆ, ਵੈਰੀ ਹਾਈ ਪੇਇੰਗ ਸੈਲਰੀਜ਼ ਨੇ, ਉਹਨਾਂ ਨੂੰ ਵੀ ਲਾ ਲਓ ਤੁਸੀਂ ਸਟਾਰਟਿੰਗ $45,000 ਤੋਂ ਲੈ ਕੇ, ਮੋਸਟਲੀ ਮੈਨੇਜਰਸ ਦੀ ਤਾਂ ਲਾਈਕ ਤੁਸੀਂ ਤੁਹਾਨੂੰ ਪਤਾ ਹੀ ਆ $1,00,000 $1,50,000, ਅਗੇਨ ਸਕਾਈਜ਼ ਦਾ ਲਿਮਿਟ, ਜਿੰਨੀ ਤੁਹਾਡੇ 'ਚ ਸਕਿੱਲ ਹੋਊਗੀ ਜੇ ਤੁਸੀਂ ਸਹੀ ਟਾਈਮ 'ਤੇ ਸਹੀ ਓਪਰਚੁਨਿਟੀ ਗ੍ਰੈਬ ਕਰ ਲੈਂਦੇ ਹੋ ਤਾਂ ਪੈਸਾ ਤਾਂ ਓਬਵੀਅਸਲੀ ਬਣਾਓਗੇ ਹੀ। ਇੱਦਾਂ ਕਿੱਦਾਂ ਹੋ ਸਕਦਾ ਵੀ ਆਪਾਂ ਕੈਨੇਡਾ ਦੀ ਗੱਲ ਕਰੀਏ ਅਤੇ ਲੋਇਰਸ ਦੀ ਗੱਲ ਨਾ ਕਰੀਏ। ਲੋਇਰਸ ਮਤਲਬ ਆਪਾਂ ਇੰਡੀਆ ਦੇ ਵਿੱਚ ਵਕੀਲ ਕਹਿ ਦਿੰਦੇ ਹਾਂ, ਸਾਰੇ ਵਕਾਲਤ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਨੇ ਜੀ। ਲੋਇਰਸ ਜੇ ਤੁਸੀਂ ਉਰੇ ਲੋਇਰ ਬਣ ਜਾਂਦੇ ਹੋ, ਲਾਈਕ ਪੂਰੀ ਪ੍ਰੋਪਰ ਪੜ੍ਹਾਈ ਕਰਨੀ ਪੈਂਦੀ ਆ, ਟੈਸਟ ਦੇਣਾ ਪੈਂਦਾ ਵਾ, ਫਿਰ ਤੁਸੀਂ ਆਪਣਾ ਚੂਜ਼ ਕਰਨਾ ਹੁੰਦਾ ਵੀ ਤੁਸੀਂ ਕਿਹਦੇ ਵਿੱਚ ਆਪਣੀ ਲਾਈਕ ਸਪੈਸ਼ਲਿਟੀ ਤੁਹਾਡੀ ਕਿਹੜੀ ਹੋਊਗੀ। ਫੋਰ ਐਗਜ਼ਾਮਪਲ ਤੁਸੀਂ ਕ੍ਰਿਮੀਨਲ ਡਿਫੈਂਸ ਕਰਨਾ ਵਾ, ਇਮੀਗ੍ਰੇਸ਼ਨ ਦੇ ਵਿੱਚ ਜਾਣਾ, ਲਾਈਕ ਇਮੀਗ੍ਰੇਸ਼ਨ ਵੀ ਕਰ ਸਕਦੇ ਹੋ ਲੋਇਰਸ, ਉਰੇ ਲੋਟ ਆਫ ਪੇਪਰ ਵਰਕ ਹੁੰਦਾ ਵਾ, ਤੁਸੀਂ ਕੋਈ ਵੀ ਕੰਪਨੀ ਖੋਲ੍ਹਣੀ ਆ, ਤੁਹਾਨੂੰ ਕੋਈ ਵੀ ਟਿਕਟ ਮਿਲ ਗਈ, ਸਪੀਡਿੰਗ ਟਿਕਟ ਮਿਲ ਗਈ, ਤਾਂ ਲੋਇਰਸ ਉਹ ਚੀਜ਼ ਨੂੰ ਤੁਹਾਡੇ ਪੁਆਇੰਟਸ ਨੂੰ ਘਟਾ ਸਕਦੇ ਆ, ਕਿਸੇ ਨੇ ਤੁਹਾਨੂੰ ਸੂ ਕਰਤਾ, ਹਰੇਕ ਬਿਜ਼ਨਸ ਬੜਾ ਕੁਛ ਇਨਵੋਲਵ ਆ। ਇਮੀਗ੍ਰੇਸ਼ਨ ਤੋਂ ਇਲਾਵਾ ਜਿਹੜੀ ਘਰਾਂ ਦੀ ਕਲੋਜ਼ਿੰਗ ਹੁੰਦੀ ਆ, ਉਹਦੇ ਵਿੱਚ ਵੀ ਲੋਇਰਸ ਕਲੋਜ਼ ਕਰਕੇ ਦਿੰਦਾ ਸਾਰਾ ਪੇਪਰ ਵਰਕ, ਮਤਲਬ ਤੁਹਾਨੂੰ ਪਤਾ ਕੈਨੇਡਾ ਵਿੱਚ ਕਿੰਨਾ ਪੇਪਰ ਵਰਕ ਆ, ਸੋ ਸਾਰਾ ਕੁਛ ਲੋਇਰਸ ਹੈਂਡਲ ਕਰਦੇ, ਤਾਂ ਲੋਇਰਸ ਦੀ ਤਨਖਾਹ ਵੀ ਉਰੇ ਬਹੁਤ ਜ਼ਿਆਦਾ ਹੁੰਦੀਆਂ ਨੇ। ਬਾਕੀ ਜਿਹੜੇ ਆਪਣਾ ਬਿਜ਼ਨਸ ਰਨ ਕਰਦੇ ਆ ਲੋਇਰਸ, ਮਤਲਬ ਲਾਈਕ ਕਿੰਨਾ ਬੜਾ ਬੜਾ ਜ਼ਿਆਦਾ ਪੈਸਾ ਵਾ। ਓਬਵੀਅਸਲੀ ਪੜ੍ਹਾਈ ਹਰੇਕ ਚੀਜ਼ ਦਾ ਉੱਦਾਂ ਹੈ ਵੀ ਜਿੰਨੀ ਪੜ੍ਹਾਈ ਕਰਨੀ ਪੈਂਦੀ ਆ, ਜਿੰਨੀ ਮਿਹਨਤ ਕਰਨੀ ਪੈਂਦੀ ਆ, ਓਨਾ ਹੀ ਤੁਹਾਨੂੰ ਪੈਸਾ ਵੀ ਮਿਲਦਾ ਵਾ। ਉਹ ਬੱਚਿਆਂ ਦੀ ਗੱਲ ਕਰਦੇ ਹਾਂ ਲਾਈਕ ਜਿਹੜੇ ਪੜ੍ਹਾਈ ਦੇ ਵਿੱਚ ਬੜਾ ਜ਼ਿਆਦਾ ਹੁਸ਼ਿਆਰ ਨਹੀਂ ਹੈਗੇ, ਬਟ ਸਟਿਲ ਉਹ ਇੱਕ ਹਾਈ ਇਨਕਮ ਕਮਾਉਣਾ ਚਾਹੁੰਦੇ ਆ, ਸੋ ਦਿਲ ਛੋਟਾ ਕਰਨ ਦੀ ਕੋਈ ਲੋੜ ਨਹੀਂ ਹੈਗੀ। ਮੈਂ ਇੱਦਾਂ ਨਹੀਂ ਕਹਿ ਰਿਹਾ ਵੀ ਜਿਹੜੇ ਹੁਣ ਅਗਲੇ ਪ੍ਰੋਫੈਸ਼ਨ ਮੈਂ ਦੱਸਣ ਜਾ ਰਿਹਾ ਵੀ ਉਹਨਾਂ ਨੇ ਬਿਲਕੁਲ ਪੜ੍ਹਨ ਦੀ ਲੋੜ ਨਹੀਂ ਪੈਂਦੀ, ਨਹੀਂ ਪੜ੍ਹਨ ਦੀ ਲੋੜ ਪੈਂਦੀ ਆ, ਪਰ ਜਿਹੜੇ ਬੱਚੇ ਲਾਈਕ ਪੜ੍ਹਾਈ ਦੇ ਵਿੱਚ ਥੋੜ੍ਹੇ ਤੰਗ ਨੇ, ਉਹ ਕੋਈ ਵੀ ਸਕਿੱਲ ਜੋਬ ਕਰ ਸਕਦੇ, ਜਿਹੜੇ ਟ੍ਰੇਡ ਵਰਕਰਸ ਹੁੰਦੇ ਆ, ਫੋਰ ਐਗਜ਼ਾਮਪਲ ਪਲੰਬਿੰਗ ਦੇ ਯਾਰ ਉਹ ਬਹੁਤ ਜ਼ਿਆਦਾ ਵਧੀਆ ਗੁੱਡ ਮਨੀ ਆ ਉਹ ਪਲੰਬਿੰਗ ਦੇ ਵਿੱਚ, ਉਰੇ ਉਹਦਾ ਵੀ ਕੋਰਸ ਕਰਨਾ ਪੈਂਦਾ ਪ੍ਰੋਪਰ, 3-4 ਸਾਲ 2 ਸਾਲ ਪਤਾ ਨਹੀਂ ਕਿੰਨੇ ਸਾਲ ਦਾ ਕੋਰਸ ਹੁੰਦਾ, ਉਹ ਕਰਕੇ ਫਿਰ ਤੁਹਾਨੂੰ ਲਾਈਸੈਂਸ ਲੈਣਾ ਪੈਂਦਾ ਵਾ ਰੈਗੂਲੇਟਰੀ ਬੋਡੀ ਤੋਂ, ਫਿਰ ਤੁਸੀਂ ਉਰੇ ਲਾਈਕ ਪਲੰਬਿੰਗ ਪ੍ਰੈਕਟਿਸ ਕਰ ਸਕਦੇ ਹੋ, ਨਵੀਆਂ ਬਿਲਡਿੰਗ ਔਰ ਐਨੀ ਕੰਸਟਰਕਸ਼ਨ ਹੁੰਦੀ ਰਹਿੰਦੀ ਆ, ਓਲਡ ਬਿਲਡਿੰਗਾਂ ਦਾ ਰਿਪੇਅਰ ਤੁਹਾਨੂੰ ਠੇਕਾ ਮਿਲ ਜਾਵੇ, 4-5 ਬਿਲਡਿੰਗਾਂ ਤੋਂ ਉਹਦੇ ਵੱਲ ਚੀਜ਼ ਨਹੀਂ ਹੈਗੀ, ਕੋਈ ਵੀ ਪਲੰਬਿੰਗ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ ਉਹਦਾ ਆਵਰਲੀ ਚਾਰਜ ਕਰਦੇ ਹੋ। ਜੇ ਪਲੰਬਰ ਕੈਨੇਡਾ ਦੇ ਵਿੱਚ ਤਾਂ ਲੋਕਾਂ ਨੂੰ ਪਤਾ ਵੀ ਜੇ ਇੱਕ ਵਾਰ ਤੁਹਾਡਾ ਘਰ ਵਿਜ਼ਿਟ ਕਰ ਲਿਆ ਆਲਮੋਸਟ $200 $500 ਕਿਤੇ ਨਹੀਂ ਗਏ, ਸੋ ਪਲੰਬਿੰਗ ਦੇ ਵਿੱਚ ਪਲੰਬਿੰਗ ਜੇ ਆਪ ਤੁਹਾਨੂੰ ਨਹੀਂ ਪਤਾ ਹੈਗਾ, ਕਿਸੇ ਨੂੰ ਇੰਗਲਿਸ਼ ਨਹੀਂ ਆਉਂਦੀਆਂ ਨੀ, ਉਹਦਾ ਜਿਹੜਾ ਆਪਣਾ ਲਾਈਕ ਵਾਸ਼ਰੂਮ ਦੇ ਵਿੱਚ ਸਾਰੀਆਂ ਪਾਈਪਸ, ਵਾਟਰ ਫਲੋ, ਬਿਲਡਿੰਗਸ ਦੇ ਵਿੱਚ ਸਾਰਾ ਜਿਹੜਾ ਪਾਣੀ ਦਾ ਨਿਕਾਸ ਵਾਲਾ ਪ੍ਰਬੰਧ ਕਰਦੇ ਆ ਉਹਨੂੰ ਪਲੰਬਰ ਕਹਿ ਦਿੰਦੇ ਆ। ਉਸ ਤੋਂ ਬਾਅਦ ਵੈਲਡਿੰਗ, ਜਿਹੜੇ ਵੈਲਡਰ ਹੁੰਦੇ ਆ ਉਹਨਾਂ ਦੀ ਉਰੇ ਬਹੁਤ ਗੁੱਡ ਮਨੀ ਆ, ਆਪਾਂ ਇੰਡੀਆ ਦੇ ਵਿੱਚ ਕਹਿ ਲਓ ਵੀ ਐਡਾ ਜ਼ਿਆਦਾ ਤਕੜਾ ਪ੍ਰੋਫੈਸ਼ਨ ਨਹੀਂ ਹੈਗਾ, ਪਰ ਉਹਨੇ ਜਿਹੜੀ ਇਹੋ ਜਿਹੀਆਂ ਸਕਿੱਲਸ ਹੈਗੀਆਂ ਨੇ ਤੁਹਾਡੇ ਕੋਲ, ਇਹਨਾਂ ਵਿੱਚ ਵੀ ਤੁਸੀਂ ਬਹੁਤ ਪੈਸੇ ਬਣਾ ਸਕਦੇ ਹੋ। ਉਸ ਤੋਂ ਇਲਾਵਾ ਕੰਸਟਰਕਸ਼ਨ ਵਰਕਰ ਹੋ ਗਏ, ਜਿਹੜੇ ਲਾਈਕ ਆਇਰਨ ਕਹਿ ਲਓ ਵੀ ਜਿਹੜੇ ਰੋਡਸ ਹੁੰਦੀ ਆ, ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਂਦੇ ਆ, ਰੋਡਸ ਬਣਾਉਂਦੇ ਆ, ਉਹਨਾਂ ਦੇ ਵਿੱਚ ਬਹੁਤ ਪੈਸਾ ਵਾ। ਕੰਸਟਰਕਸ਼ਨ ਜਿਹੜੇ ਘਰਾਂ ਦੀਆਂ ਰੂਫਾਂ ਲਾਉਂਦੇ ਆ, ਬੇਸਮੈਂਟਾਂ ਬਣਾਉਂਦੇ ਆ, ਬਹੁਤ ਜ਼ਿਆਦਾ ਪੈਸਾ ਵਾ ਇਹਨਾਂ ਚੀਜ਼ਾਂ ਦੇ ਵਿੱਚ। ਮੋਸਟਲੀ ਲੋਕ ਜਿਹੜੇ ਕੰਮ ਕਰਦੇ ਆ ਨਾ, ਉਹ ਇੱਕ ਜਿਹੜਾ ਸੈਲਰੀਡ ਇੰਪਲੋਏ ਆ ਉਹ ਤੋਂ ਵੱਧ ਪੈਸੇ ਬਣਾਉਂਦੇ ਆ। ਇਸ ਤੋਂ ਇਲਾਵਾ ਕਈ ਜਿਹੜੇ ਪ੍ਰੋਫੈਸ਼ਨ ਦੇ ਵਿੱਚ ਕੰਮ ਕਰਦੇ ਘਰਾਂ ਦੇ ਵਿੱਚ ਜਾ ਕੇ, ਉਹ ਮੋਸਟਲੀ ਲਾਈਕ ਬਿਲਿੰਗ ਵੀ ਨਹੀਂ ਦਿੰਦੇ ਹੈਗੇ, ਕਈ ਮਤਲਬ ਕੈਬ ਮਤਲਬ ਟੈਕਸ ਬਚਾ ਲੈਂਦੇ, ਬੇਸਿਕਲੀ ਕੈਸ਼ 'ਤੇ ਕੰਮ ਕਰ ਲੈਂਦੇ ਆ। ਜਿਵੇਂ ਇਲੈਕਟ੍ਰੀਸ਼ੀਅਨ ਹੋ ਗਏ, ਉਹ ਵੀ ਬਹੁਤ ਚੰਗੇ ਪੈਸੇ ਬਣਾ ਲੈਂਦੇ ਆ। ਸੋ ਕੋਈ ਵੀ ਇਹੋ ਜਿਹੀ ਸਕਿੱਲ ਹੈਗੀ ਨਾ ਤੁਹਾਡੇ ਕੋਲ, ਜੋ ਵੈਲਡਿੰਗ, ਪਲੰਬਿੰਗ, ਤੁਹਾਡੇ ਕੋਲ ਕੰਸਟਰਕਸ਼ਨ ਦੀ ਸਕਿੱਲ ਹੈਗੀ ਆ, ਕਾਰਪੈਂਟਰੀ ਦਾ, ਲਾਈਕ ਕੋਈ ਵੀ ਅਜਿਹੀ ਸਕਿੱਲ ਆ, ਤੁਸੀਂ ਕਿਚਨ ਵਧੀਆ ਬਣਾ ਸਕਦੇ ਹੋ, ਫਲੋਰਿੰਗ ਵਧੀਆ ਚੇਂਜ ਕਰ ਸਕਦੇ ਹੋ, ਹਰੇਕ ਚੀਜ਼ ਦੇ ਵਧੀਆ ਪੈਸੇ ਨੇ। ਈਵਨ ਜੇ ਤੁਸੀਂ ਲਾਈਕ ਇੰਡੀਆ ਦੇ ਵਿੱਚ ਤੁਹਾਡਾ ਸਲੂਨ ਆ, ਤੁਹਾਨੂੰ ਲਾਈਕ ਵਾਲ ਕੱਟਣ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਨੌਲੇਜ ਆ, ਬਿਊਟੀ ਦੀ ਨੌਲੇਜ ਆ, ਉਹਦੇ ਸਲੂਨ ਵਾਲੇ ਬੰਦੇ ਵੀ ਬਹੁਤ ਸਹੀ ਪੈਸਾ ਬਣਾ ਲੈਂਦੇ ਆ। ਫੋਰ ਐਗਜ਼ਾਮਪਲ ਮੇਰਾ ਹੇਅਰ ਕੱਟ ਲਾਈਕ 25-20 ਮਿੰਟਾਂ ਦੇ ਵਿੱਚ ਹੋ ਜਾਂਦਾ ਵਾ, ਅਤੇ ਜਿਵੇਂ ਬੀਅਡ ਕਰਾਉਣਾ, ਸਾਰਾ ਕੁਛ 30 ਮਿੰਟਾਂ ਦੇ ਵਿੱਚ, ਅਤੇ ਕਈ ਵਾਰ $50-60 ਵੀ ਉਰੇ ਚਾਰਜ ਕਰ ਲੈਂਦੇ ਆ ਜੇ ਸਾਰਾ ਕੁਛ ਕਰਾਉਣਾ ਤੁਸੀਂ। ਹੁਣ ਆਪਾਂ
ਉਹ 2 ਲੱਖ ਡਾਲਰ ਸਿਰਫ ਗੱਡੀਆਂ ਵੇਚ ਕੇ ਉਹ ਬੰਦੇ ਨੇ ਕਮਾਇਆ। ਤੇ ਸੇਮ ਹੀ ਉਹੀ ਜਗ੍ਹਾ ਤੇ ਇੱਕ ਹੋਰ ਸੇਲਸਮੈਨ ਕੰਮ ਕਰਦਾ ਵਾ, ਉਹਨੇ $60,000 ਕਮਾਇਆ ਉਹ ਸਾਲ ਗੱਡੀਆਂ ਵੇਚ ਕੇ। ਸੋ ਅਗੇਨ ਸਕਿੱਲ ਬਹੁਤ ਮੈਟਰ ਕਰਦੀ ਹੈ। ਜਿਹੜੀ ਮੈਂ ਪੁਰਾਣੀ ਕੰਪਨੀ ਦੇ ਵਿੱਚ ਕੰਮ ਕਰਦਾ ਹੁੰਦਾ ਸੀਗਾ, ਉਹਦੇ ਵਿੱਚ ਇੱਕ ਪ੍ਰੋਡਕਟ ਬੇਸ ਕੰਮ ਸੀਗਾ, ਇੱਕ ਪ੍ਰੋਡਕਟ ਹੁੰਦਾ ਸੀ, ਅਸੀਂ ਉਹਨੂੰ ਸਪੋਰਟ ਕਰਦੇ ਸੀਗੇ ਨੈਟਵਰਕ ਬੇਸਿਸ 'ਤੇ, ਅਤੇ ਜਿਹੜੇ ਸੇਲਸਮੈਨ ਉਹਨੂੰ ਸੈੱਲ ਕਰਦੇ ਸੀ ਵੱਡੇ ਵੱਡੇ ਕਲਾਇੰਟ ਨੂੰ ਸੈੱਲ ਕਰ ਦੇਣਾ। ਸੋ ਕਿਸੇ ਜੇ ਬੰਦੇ ਨੇ ਜਿਹੜਾ ਸੇਲਸ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ, ਉਹਨੇ ਉਹ ਪ੍ਰੋਡਕਟ ਜਾ ਕੇ ਇੱਕ ਵੱਡੀ ਕੰਪਨੀ ਨੂੰ ਵੇਚਤਾ, ਅਤੇ ਉਹਨਾਂ ਨੇ ਲਾਈਕ ਲਗਾਤਾਰ ਲਾਈਕ ਇਹਨੂੰ ਵੀ 100 ਪ੍ਰੋਡਕਟਸ ਦਾ ਔਡਰ ਕਰਤਾ, ਤਾਂ ਉਹਨੂੰ ਬਹੁਤ ਵੱਡਾ ਕਮਿਸ਼ਨ ਸੀਗਾ। ਉਹ ਬੰਦੇ ਲਾਈਕ $3 ਲੱਖ ਤੱਕ, $2 ਲੱਖ ਤੱਕ ਕਮਾ ਲੈਂਦੇ ਆ। ਬਾਕੀ ਜਿਹੜੇ ਉਰੇ ਕਸਟਮਰ ਸਰਵਿਸ ਰੈਪਰਜੈਂਟੇਟਿਵ ਹੁੰਦੇ ਆ, ਜਾਂ ਕਹਿ ਲਓ ਤੁਸੀਂ ਕਿਤੇ ਜਾਂਦੇ ਹੋ ਜਾਂ ਕੋਈ ਤੁਹਾਨੂੰ ਵੈਸੇ ਸੇਲਸ ਕਰ ਲਿਆ, ਮਿਨੀਮਮ ਵੇਜ ਤੋਂ ਸ਼ੁਰੂ ਹੋ ਕੇ ਇਹ ਚੀਜ਼ ਦੀ ਹੱਦ ਨਹੀਂ ਹੈਗੀ ਤੁਹਾਡੀ, ਤੁਸੀਂ ਕਿੰਨੇ ਪੈਸੇ ਕਮਾਉਣੇ ਆ। ਅਤੇ ਉਹਦਾ ਟੀਚਿੰਗ ਪ੍ਰੋਫੈਸ਼ਨ ਦੀ ਗੱਲ ਕਰ ਲੈਂਦੇ ਹਾਂ, ਅਗੇਨ ਤੁਸੀਂ ਐਲੀਮੈਂਟਰੀ ਸਕੂਲ ਦੇ ਟੀਚਰ ਹੋ, ਹਾਈ ਸਕੂਲ ਦੇ ਟੀਚਰ ਹੋ, ਪ੍ਰੋਫੈਸਰ ਹੋ, ਲੈਕਚਰਾਰ ਹੋ, ਕੀ ਪੜ੍ਹਾਉਂਦੇ ਹੋ ਤੁਸੀਂ, ਇੱਕ ਲੈਬ ਨੂੰ ਹੈਂਡਲ ਕਰਦੇ ਹੋ, ਉਸ ਹਿਸਾਬ ਨਾਲ ਪੈਸੇ ਨੇ। ਟੀਚਿੰਗ ਦੇ ਉਰੇ ਬਹੁਤ ਵਧੀਆ ਲਾਈਕ ਪੇਸ ਨੇ। ਉਸ ਤੋਂ ਇਲਾਵਾ ਜਿਹੜੀ ਤੁਹਾਡੀ ਟੌਰ ਆ, ਰਿਸਪੈਕਟ ਆ, ਤੁਸੀਂ ਕਾਲਜ ਦੇ ਵਿੱਚ ਜਾਂਦੇ ਹੋ, 2-3 ਘੰਟੇ ਕਲਾਸ ਲੈਣੀ ਆ, 2-3 ਘੰਟੇ ਇਹ ਕਲਾਸ ਲੈਣੀ ਆ, ਤੁਹਾਡੇ ਕੋਲ ਵਿਹਲਾ ਟਾਈਮ ਵੀ ਕਹਿ ਲਓ ਵੀ ਇੱਕ ਤਰੀਕੇ ਦਾ, ਜਿਹਦੇ ਵਿੱਚ ਪੇਪਰ ਚੈੱਕ ਕਰਨੇ, ਉਹ ਚੀਜ਼ਾਂ ਬਹੁਤ ਹੁੰਦੀਆਂ ਨੇ। ਬਾਕੀ ਤੁਸੀਂ ਆਪਣਾ ਗਰੋ ਕਰ ਸਕਦੇ ਹੋ, ਤੁਹਾਡੇ ਜੇ ਤੁਸੀਂ ਵਧੀਆ ਪ੍ਰੋਫੈਸਰ ਹੋ, ਤੁਸੀਂ ਆਪਣੇ ਅੰਡਰ ਰਿਸਰਚਸ ਕਰ ਸਕਦੇ ਹੋ, ਤੁਸੀਂ ਥੱਲੇ ਸਟੂਡੈਂਟਸ ਰੱਖ ਕੇ। ਜੇ ਐਜ਼ ਆ ਟੀਚਰ ਤੁਸੀਂ ਕੈਨੇਡਾ ਦੇ ਵਿੱਚ ਜੋਬ ਲੈਣੀ ਆ, ਤਾਂ ਵਧੀਆ ਜੋਬਸ ਹੈਗੀਆਂ ਨੇ, $35,000 ਤੋਂ ਲਾ ਲਓ ਤੁਸੀਂ ਜੋਬ ਸ਼ੁਰੂ ਹੋ ਜਾਂਦੀਆਂ ਨੇ। ਅਗੇਨ $1.5 ਲੱਖ ਵੀ ਕਮਾ ਸਕਦੇ ਹੋ ਤੁਸੀਂ, $2 ਲੱਖ ਵੀ ਕਮਾ ਸਕਦੇ ਹੋ। ਬਾਕੀ ਟੀਚਰਸ ਮੋਸਟਲੀ ਇੱਦਾਂ ਵੀ ਨੇ ਵੀ ਇੱਕੋ ਟੀਚਰ 2-2, 3-3 ਕਾਲਜਾਂ ਦੇ ਵਿੱਚ ਵੀ ਪੜ੍ਹਾ ਰਹੇ ਨੇ। ਉਸ ਤੋਂ ਬਾਅਦ ਏਵੀਏਸ਼ਨ ਆ ਜਾਂਦਾ, ਜੇ ਤੁਸੀਂ ਪਾਇਲਟ, ਓਬਵੀਅਸਲੀ ਪਾਇਲਟ ਦੀ ਲਾਈਕ ਤਨਖਾਹ $10,000, $11,000 ਉਰੇ ਤੱਕ ਹੁੰਦੀ ਆ ਲਾਈਕ ਐਵਰੀ ਸਿੰਗਲ ਮੰਥ ਜੇ ਤੁਸੀਂ ਪਾਇਲਟ ਬਣਦੇ ਹੋ। ਫਿਰ ਲੇਬਰ ਜੋਬਸ ਆ ਗਈਆਂ, ਲੇਬਰ ਜੋਬਸ ਦੀ ਕੈਨੇਡਾ ਦੇ ਵਿੱਚ ਕੋਈ ਕਮੀ ਨਹੀਂ ਹੈਗੀ, ਮਿਨੀਮਮ ਵੇਜ ਤੋਂ ਲੇਬਰ ਜੋਬ ਸ਼ੁਰੂ ਹੋ ਜਾਂਦੀਆਂ ਨੇ। ਕਈ ਵੇਅਰ ਹਾਊਸਿਸ ਵਧੀਆ ਵੀ ਦਿੰਦੇ ਆ $20 ਵੀ, ਜੇ ਤੁਸੀਂ ਉੱਥੇ ਪੱਕੇ ਹੋ ਜਾਂਦੇ ਹੋ $22 ਘੰਟਾ, ਇੱਦਾਂ ਇੱਦਾਂ ਵੀ ਤੁਹਾਨੂੰ ਤਨਖਾਹ ਮਿਲਣ ਲੱਗ ਜਾਂਦੀਆਂ ਨੇ। ਅਤੇ ਲੇਬਰ ਜੋਬ ਤਾਂ ਕੈਨੇਡਾ ਦੇ ਵਿੱਚ ਇੰਨੀਆਂ ਜ਼ਿਆਦਾ ਆ ਨਾ, ਮਤਲਬ ਤੁਸੀਂ ਅੱਜ ਕੋਈ ਵੀ ਸਰਚ ਕਰ ਲਓ, ਲੇਬਰ ਜੋਬਸ ਹਮੇਸ਼ਾ ਅਵੇਲੇਬਲ ਰਹਿੰਦੀਆਂ ਨੇ। ਸਪੈਸ਼ਲੀ ਲਾਈਕ ਕੋਈ ਉਹਦੇ ਤਿਉਹਾਰ ਆ ਜਾਏ, ਜਿੱਦਾਂ ਕ੍ਰਿਸਮਸ ਸੀਜ਼ਨ ਆ ਗਿਆ, ਤਾਂ ਉਦੋਂ ਲੇਬਰ ਜੋਬ ਬਹੁਤ ਵੱਧ ਜਾਂਦੀਆਂ ਨੇ। ਸੋ ਲੇਬਰ ਜੋਬ ਹੁੰਦੀ ਆ ਲਾਈਕ ਇੱਦਾਂ ਹਾਈ ਪੇਇੰਗ ਜੋਬ ਨਹੀਂ ਹੁੰਦੀ ਹੈਗੀ ਵੀ ਤੁਸੀਂ ਬਹੁਤ ਜ਼ਿਆਦਾ ਪੈਸੇ ਕਮਾ ਸਕਦੇ ਹੋ, ਪਰ ਲਾਈਕ ਕਈ ਇੱਦਾਂ ਵੀ ਨੇ ਵੀ ਇੱਕ ਨੋਰਮਲ ਜੋਬ ਕਰਦੇ ਆ $30 ਪ੍ਰਤੀ ਘੰਟੇ ਵਾਲੀ, ਤਾਂ ਇਸ ਤੋਂ ਇਲਾਵਾ ਉਹ ਦੂਜੀ, ਕਿਉਂਕਿ ਉਰੇ ਬਹੁਤ ਲੋਕ ਨੇ ਜਿਹੜੇ 2-2, 3-3 ਜੋਬਸ ਕਰਦੇ ਆ ਵੀਕਐਂਡ ਦੇ ਉੱਤੇ, ਉਹ ਲੇਬਰ ਜੋਬ ਕਰ ਲੈਂਦੇ ਆ। ਸੋ ਐਕਸਟਰਾ ਮਨੀ ਹੋ ਜਾਂਦੀ ਹੈ ਤੁਹਾਡੇ ਕੋਲ, 300 ਜੇ ਵੀਕਐਂਡ 'ਤੇ ਕੰਮ ਕਰ ਲਿਆ, $200-$300 ਬਣ ਗਿਆ, ਉਹਦੇ ਨਾਲ ਤੁਹਾਡਾ ਹਫ਼ਤੇ ਦਾ ਸਾਰਾ ਖਰਚਾ ਚੱਲ ਜਾਂਦਾ। ਅਤੇ ਜਿਹੜਾ ਤੁਸੀਂ ਨੋਰਮਲ ਰੈਗੂਲਰ ਜੋਬ ਦੇ ਵਿੱਚ ਆਪਣਾ ਪੈਸਾ ਕਮਾ ਰਹੇ ਹੋ, ਉਹ ਤੁਸੀਂ ਕਿਤੇ ਸੇਵ ਕਰਕੇ ਰੱਖ ਸਕਦੇ ਹੋ, ਆਪਣੀ ਸੇਵਿੰਗ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਉਸ ਤੋਂ ਇਲਾਵਾ ਹੈਵੀ ਡਿਊਟੀ ਮਕੈਨਿਕ ਆ ਗਏ, ਜਿਹੜੀਆਂ ਵੱਡੀ ਮਸ਼ੀਨਰੀ ਹੁੰਦੀਆਂ ਨੇ, ਹੁਣ ਵੇਅਰ ਹਾਊਸ ਦੇ ਵਿੱਚ ਵੱਡੀਆਂ ਵੱਡੀਆਂ ਮਸ਼ੀਨਾਂ ਹੁੰਦੀਆਂ ਨੇ, ਬੈਲਟ ਚੱਲਦੀ ਹੈ, ਜਿਹੜੇ ਉਹਦੇ ਮਕੈਨਿਕਸ ਨੇ, ਜਿਹੜੇ ਕਾਰਾਂ ਜਿੱਥੇ ਅਸੈਂਬਲ ਹੁੰਦੀਆਂ ਨੇ, ਫੋਰ ਐਗਜ਼ਾਮਪਲ ਉਹਦੇ ਜਿਹੜੇ ਮਤਲਬ ਹੈਵੀ ਡਿਊਟੀ ਮਸ਼ੀਨਰੀ ਨੂੰ ਹੈਂਡਲ ਕਰਦੇ ਆ, ਉਹ ਮਕੈਨਿਕ ਹੁੰਦੇ ਆ। ਲਾਈਕ ਏਅਰਪੋਰਟ 'ਤੇ ਵੀ ਜਿਹੜੇ ਐਰੋਪਲੇਨਾਂ ਦਾ ਕੰਮ ਕਰਦੇ ਆ, ਮਕੈਨਿਕਸ ਦੀ ਬਹੁਤ ਜ਼ਿਆਦਾ ਸੈਲਰੀ ਹਾਈ ਹੁੰਦੀ ਆ। ਉਰੇ ਕੈਨੇਡਾ ਵਿੱਚ ਗੱਡੀਆਂ ਦਾ ਕੰਮ ਬਹੁਤ ਜ਼ਿਆਦਾ, ਹਰੇਕ ਘਰ ਦੇ ਵਿੱਚ 2-2, 3-3 ਗੱਡੀਆਂ ਤੁਸੀਂ ਡਰਾਈਵੇ 'ਤੇ ਖੜੀਆਂ ਦੇਖੋਗੇ। ਸੋ ਜਿਹੜੇ ਉਹਨਾਂ ਦੇ ਮਕੈਨਿਕ ਆ, ਟਰੱਕਾਂ ਦੇ ਮਕੈਨਿਕ ਆ, ਬੱਸਾਂ ਦੇ ਮਕੈਨਿਕ ਆ, ਇਹ ਵੀ ਇੱਕ ਬਹੁਤ ਡੀਸੈਂਟ ਸੈਲਰੀ ਬਣਾ ਲੈਂਦੇ ਹੋ। ਅਗੇਨ ਡਿਪੈਂਡ ਕਰਦਾ ਤੁਸੀਂ 50,000 ਬਣਾ ਰਹੇ ਹੋ, ਕੋਈ $1.5 ਲੱਖ ਵੀ ਬਣਾ ਰਹੇ ਨੇ, $1 ਲੱਖ ਵੀ ਬਣਾ ਰਹੇ ਨੇ ਐਜ਼ ਅ ਮਕੈਨਿਕ। ਬਾਕੀ ਹੁਣ ਆਪਾਂ ਜੋਬਸ ਦੀ ਗੱਲ ਕਰ ਹੀ ਰਹੇ ਹਾਂ, ਤਾਂ ਤੁਸੀਂ ਐਂ ਵੀ ਲਾ ਲਓ ਇਮੀਗ੍ਰੇਸ਼ਨ ਕੰਸਲਟੈਂਟ ਹੋ ਗਏ, ਉਹ ਵੀ ਡੀਸੈਂਟ $50,000 ਦੀ ਰੇਂਜ ਦੇ ਵਿੱਚ ਕਮਾ ਲੈਂਦੇ ਹੋ, ਜੋ ਕਿਸੇ ਦੇ ਲਈ ਜੋਬ ਕਰਦੇ ਆ। 50,000, 40,000 ਤੋਂ ਸਟਾਰਟਿੰਗ ਹੋ ਜਾਂਦੀ ਆ, 60-70,000 ਤੋਂ ਜੋਬ ਕਰਦੇ ਰਹਿੰਦੇ ਆ। ਜੇ ਤੁਸੀਂ ਇਮੀਗ੍ਰੇਸ਼ਨ ਦਾ ਬਿਜ਼ਨਸ ਕਰਦੇ ਹੋ, ਫਿਰ ਲਾਈਕ ਗੇਮ ਹੀ ਪੂਰੀ ਪਲਟ ਜਾਂਦੀ ਆ। ਉਸ ਤੋਂ ਬਾਅਦ ਸੇਮ ਰੀਅਲ ਸਟੇਟ ਆ, ਰੀਅਲ ਸਟੇਟ ਕੈਨੇਡਾ ਦੇ ਵਿੱਚ ਜਿਹੜਾ ਬੰਦਾ ਰੀਅਲ ਸਟੇਟ ਦਾ ਭੇਤ ਪਾ ਰਿਹਾ, ਜਿਹਦੇ ਕੋਲ ਇਨਵੈਸਟਮੈਂਟ ਹੈਗੀ ਆ, ਉਹ ਕੈਨੇਡਾ ਦੇ ਵਿੱਚ ਘਰ ਫਲਿੱਪ ਕਰਕੇ ਇਹ ਚੀਜ਼ਾਂ ਕਰਕੇ ਬਹੁਤ ਛੇਤੀ ਅਮੀਰ ਹੋ ਸਕਦਾ ਵਾ। ਹੁਣ ਅੰਟਾਰੀਓ ਦੇ ਵਿੱਚ ਇੰਨੇ ਜ਼ਿਆਦਾ ਰੀਅਲ ਸਟੇਟ ਏਜੰਟ ਨੇ, ਪਰ ਸਿਰਫ 22% ਏਜੰਟ ਸੀਗੇ, ਮੈਂ ਸਟੈਟਸ ਦੇਖ ਰਿਹਾ ਸੀ, ਪਤਾ ਨਹੀਂ ਕਿੰਨੇ ਪਰਸੈਂਟ, 20% ਸਮਥਿੰਗ ਲਾਈਕ ਦੈਟ, ਜਿਨ੍ਹਾਂ ਨੇ ਐਟਲੀਸਟ ਇੱਕ ਘਰ ਵੇਚਿਆ, ਜਿਨ੍ਹਾਂ ਨੇ ਇੱਕ ਘਰ ਤਾਂ ਵੇਚਿਆ ਪਿਛਲੇ ਸਾਲ, ਅਤੇ ਬਾਕੀ ਲੋਕ ਉਹਨੇ ਲਾਇਸੈਂਸ ਲੈ ਕੇ ਰੱਖ ਲੈਂਦੇ ਆ ਪਰ ਉਹ ਕੰਮ ਨਹੀਂ ਕਰਦੇ। ਪਰ ਜਿਹੜੇ ਰੀਅਲ ਸਟੇਟ ਦਾ ਸੀਰੀਅਸ ਹੋ ਕੇ ਕੰਮ ਕਰਦੇ ਅਤੇ ਜਿਨ੍ਹਾਂ ਦੇ ਬਹੁਤ ਵਧੀਆ ਬਿਜ਼ਨਸਿਸ ਚੱਲਦੇ ਆ, ਉਹ ਬਹੁਤ ਪੈਸਾ ਕਮਾਉਂਦੇ ਆ। ਫੋਰ ਐਗਜ਼ਾਮਪਲ, ਮੈਂ ਇੱਕ ਵਾਰ ਸੌਕਰ ਦੀ ਬਾਰਬੀਕਿਊ ਪਾਰਟੀ 'ਤੇ ਸੀਗਾ, ਉੱਥੇ ਇੱਕ ਰੀਅਲ ਸਟੇਟ ਏਜੰਟ ਵਾਲਾ ਬੰਦਾ ਗਾ ਦੀ ਨਾਲ ਫਰੈਂਡਸ ਔਫ ਫਰੈਂਡਸ ਵਿੱਚ, ਉਹਦੇ ਬੰਦਾ ਉਹਦੇ ਨਾਲ 11 ਵਜੇ ਪਾਰਟੀ ਦੇ ਵਿੱਚ ਥੋੜ੍ਹਾ ਜਿਹਾ ਲੇਟ ਪਹੁੰਚਿਆ, ਅੱਜ ਕਹਿੰਦਾ ਮੈਂ ਅੱਜ ਘਰ ਵੇਚ ਕੇ ਆਇਆ, ਕਲੋਜ਼ਿੰਗ ਹੋਈ ਆ, ਉਹਨੇ $1 ਮਿਲੀਅਨ ਦਾ ਘਰ ਵੇਚਿਆ ਸੀ, ਉਹਦਾ 2.5% ਸੀਗਾ। ਸੋ ਲਾਈਕ $25,000 ਉਹਨੇ ਇੱਕ ਦਿਨ 'ਚ ਬਣਾ ਲਿਆ ਸੀਗਾ, ਉਹ ਇੰਨਾ ਜ਼ਿਆਦਾ ਕੁਛ ਸੀਗਾ। ਪਰ ਅਗੇਨ ਆਪਾਂ ਨੂੰ ਹਰੇਕ ਪ੍ਰੋਫੈਸ਼ਨ ਦੂਰੋਂ ਬਹੁਤ ਵਧੀਆ ਲੱਗਦਾ ਹੁੰਦਾ ਵੀ ਟਰੈਕਿੰਗ ਤਾਂ 42 ਘੰਟਾ ਬਾਈ, ਨਹੀਂ IT ਤਾਂ 42 ਘੰਟਾ, ਮੈਡੀਕਲ ਤਾਂ 42 ਘੰਟਾ। ਪਰ ਜਦੋਂ ਆਪਾਂ ਉਹ ਪ੍ਰੋਫੈਸ਼ਨ ਦੇ ਵਿੱਚ ਪੈਂਦੇ ਹਾਂ, ਫਿਰ ਆਪਾਂ ਨੂੰ ਪਤਾ ਲੱਗਦਾ ਵੀ ਅਸਲੀਅਤ ਦੇ ਵਿੱਚ ਕਿੰਨੇ ਕੁ ਪੈਸੇ ਆਉਂਦੇ ਆ ਰੀਅਲ ਸਟੇਟ ਦੇ ਵਿੱਚ, ਕਿੰਨੀ ਦੇਰ ਤੁਹਾਡਾ ਕੋਈ ਘਰ ਹੀ ਨਹੀਂ ਵਿਕਦਾ ਹੈਗਾ, ਜਾਂ ਘਰ ਫਲਿੱਪ ਕਰਨਾ, ਜਾਂ ਇੱਕਦਮ
86,000 ਡਾਲਰ ਹੋ ਜਾਂਦੀ ਹੈ ਆਈ ਥਿੰਕ ਉਹ ਵੀ ਐਜ਼ ਅ ਲਾਈਕ ਕਾਂਸਟੇਬਲ ਭਰਤੀ ਹੋ ਕੇ ਉਸ ਤੋਂ ਇਲਾਵਾ ਜੇ ਤੁਹਾਡਾ ਰੈਂਕ ਹਾਈ ਹੋ ਗਿਆ ਤਾਂ ਤੁਹਾਨੂੰ ਉਨੀ ਜ਼ਿਆਦਾ ਤਨਖਾਹ ਮਿਲੂਗੀ ਜੇ ਤੁਸੀਂ ਸਰਜੈਂਟ ਹੋ ਸੁਪਰਿੰਟੈਂਡੈਂਟ ਹੋ ਇੰਸਪੈਕਟਰ ਬਣ ਜਾਂਦੇ ਤਾਂ ਤੁਹਾਡੀ ਸੈਲਰੀ ਉਦੋਂ ਤਾਂ ਇਨਕਰੀਜ਼ ਹੁੰਦੀ ਰਹਿੰਦੀ ਹੈ ਅਤੇ ਤੁਹਾਨੂੰ ਦੱਸਿਆ ਵੀ 53,000 ਡਾਲਰ ਤੋਂ ਤਾਂ ਇਹਦੀ ਸਟਾਰਟਿੰਗ ਹੀ ਆ ਉਸ ਤੋਂ ਇਲਾਵਾ ਇਹਦੇ ਵਿੱਚ ਰਿਟਾਇਰਮੈਂਟ ਪੈਨਸ਼ਨ ਪਲਾਨ ਹੁੰਦੇ ਆ ਤੁਹਾਡੀ ਫੈਮਿਲੀ ਨੂੰ ਬੈਨੀਫਿਟਸ ਮਿਲਦੇ ਆ ਤੁਹਾਡਾ ਖਾਣਾ ਪੀਣਾ ਇੱਦਾਂ ਪਰ ਇਹਦੇ ਵਿੱਚ ਲਾਈਕ ਉਹ ਵੀ ਚੀਜ਼ਾਂ ਇਹਦੇ ਵੀ ਤੁਹਾਨੂੰ ਕਿਤੇ ਵੀ ਮੂਵ ਕਰ ਸਕਦੇ ਆ ਤੁਹਾਨੂੰ 26 ਵੀਕ ਦੀ ਟ੍ਰੇਨਿੰਗ ਲੈਣੀ ਪੈਂਦੀ ਉਹ ਵੀ ਪੇਡ ਹੁੰਦੀ ਆ ਸੋ ਜਿਹੜੇ ਇੰਡੀਆ ਦੇ ਬੱਚੇ ਪੁਲਿਸ ਦੇ ਵਿੱਚ ਭਰਤੀ ਹੋਣ ਨੂੰ ਇੰਟਰਸਟ ਨੇ ਉਰੇ ਪੁਲਿਸ ਫਾਊਂਡੇਸ਼ਨ ਲਾਈਕ ਕੋਰਸਿਸ ਹੁੰਦੇ ਆ ਕਾਲਜਿਸ ਦੇ ਵਿੱਚ ਤੁਸੀਂ ਉਹਨਾਂ ਦੇ ਵਿੱਚ ਆ ਸਕਦੇ ਹੋ ਉਰੇ ਓਬਵੀਅਸਲੀ ਤੁਹਾਨੂੰ ਉਰੇ ਹੈਲਥ ਦਾ ਤੁਹਾਡਾ ਟੈਸਟ ਹੋਊਗਾ ਤੁਹਾਡੀ ਸਾਈਕੋਲੋਜੀ ਜਿਹੜਾ ਦਿਮਾਗ ਆ ਉਹਦਾ ਪੂਰਾ ਟੈਸਟ ਹੋਊਗਾ ਤੁਹਾਡੇ ਕੋਈ ਟੈਟੂ ਨਹੀਂ ਹੋਣੇ ਚਾਹੀਦੇ ਜਿਹੜੇ ਓਫੈਂਸਿਵ ਨੇ ਲਾਈਕ ਓਬਵੀਅਸਲੀ ਤੁਸੀਂ ਪੁਲਿਸ ਦੇ ਵਿੱਚ ਭਰਤੀ ਹੋ ਸੋ ਇਦਾਂ ਦੀਆਂ ਬਹੁਤ ਰਿਸਟ੍ਰਿਕਸ਼ਨਸ ਵੀ ਨੇ ਹਰੇਕ ਪ੍ਰੋਫਾਈਲ ਲਈ ਤੁਹਾਨੂੰ ਇਹ ਸਾਰੇ ਟੈਸਟ ਕਲੀਅਰ ਕਰਨੇ ਪੈਂਦੇ ਆ ਜੇ ਤੁਸੀਂ ਲਾਈਕ ਸਪੈਸ਼ਲੀ ਕੈਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਲੈਣੀ ਆ 18 ਸਾਲ ਤੋਂ ਉੱਪਰ ਹੋਣੇ ਚਾਹੀਦੇ ਹੋ ਆਈ ਥਿੰਕ 24 ਜਦੋਂ ਕੈਮਰਾ ਚੱਲਦਾ ਚੱਲਦਾ ਆਪਣੇ ਆਪ ਬੰਦ ਹੋ ਜਾਏ ਇਹਦਾ ਮਤਲਬ ਵੀਡੀਓ ਕਾਫੀ ਲੰਬੀ ਹੋ ਗਈ ਸੋ ਪੁਲਿਸ ਦਾ ਉਹੀ ਆ ਵੀ ਵਧੀਆ ਪੈਸੇ ਨੇ ਇਹਦੇ ਵਿੱਚ ਤੁਸੀਂ ਫਾਊਂਡੇਸ਼ਨ ਦਾ ਕੋਰਸ ਕਰੋ ਓਬਵੀਅਸਲੀ ਤੁਹਾਡੀ ਫਿਜ਼ੀਕਲ ਟੈਸਟ ਕੀਤਾ ਜਾਊਗਾ ਤੁਹਾਡਾ ਦਿਮਾਗ ਤੁਹਾਡਾ ਵਿਜ਼ਨ ਟੈਸਟ ਸਾਰਾ ਕੁਝ ਉਹ ਦੇਖਣਗੇ ਤੁਹਾਡੇ ਫਿਊ ਰਿਟਨ ਟੈਸਟ ਹੋਣਗੇ ਬਾਕੀ ਤੁਹਾਡੀ ਉਮਰ 18 ਸਾਲ ਚਾਹੀਦੀ ਆ ਤੁਹਾਡੀ ਕੈਨੇਡਾ ਦੇ ਵਿੱਚ ਤੁਸੀਂ ਉਰੇ PR ਹੋਵੋ ਜਾਂ ਸਿਟੀਜਨ ਹੋਵੋ ਤੁਹਾਨੂੰ ਤੁਸੀਂ ਰੀਅਲੋਕੇਸ਼ਨ ਵਾਸਤੇ ਵੀ ਲਾਈਕ ਆਪਣਾ ਰੀਲੋਕੇਟ ਹੋਣਾ ਵਾ ਜੇ ਕਿਤੇ ਵੀ ਉਹ ਤੁਹਾਨੂੰ ਕਰ ਸਕਦੇ ਆ ਬੈਨੀਫਿਟਸ ਬਹੁਤ ਨੇ ਪੈਨਸ਼ਨ ਵੀ ਆ ਵਧੀਆ ਸੈਲਰੀ ਆ ਇੰਨੀ ਟੌਰ ਵਾਲੀ ਜੋਬ ਆ ਤੁਹਾਨੂੰ ਗੰਨ ਵੀ ਮਿਲ ਜਾਂਦੀ ਆ ਸੋ ਇਟਸ ਲਾਈਕ ਗੰਨ ਵਿਦ ਲਾਈਕ ਲੋਟ ਆਫ ਰਿਸਪੋਂਸੀਬਿਲਿਟੀ ਸੋ ਲਾਈਕ ਵੈਰੀ ਹਾਈ ਜਿਹਦੀ ਰੈਪ ਹੁੰਦੀ ਆ ਨਾ ਉਹ ਪ੍ਰੋਫੈਸ਼ਨ ਆ ਇਹ ਸੋ ਆਈ ਥਿੰਕ ਮੈਂ ਕਾਫੀ ਪ੍ਰੋਫੈਸ਼ਨਸ ਗਿਣਾ ਤੇ ਇਹ ਵੀਡੀਓ ਬਣਾਉਣ ਦਾ ਸਿਰਫ ਇੱਕੋ ਇੱਕ ਕਾਰਨ ਸੀ ਮੈਂ ਉਹਨਾਂ ਸਟੂਡੈਂਟਸ ਤੱਕ ਪਹੁੰਚਣਾ ਚਾਹੁੰਦਾ ਸੀ ਜਿਹੜੇ ਮੇਰੇ ਵਰਗੇ ਨੇ ਛੋਟੇ ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਆਇਆ ਇਹ ਜੀ ਨੌਲੇਜ ਵਾਲੀ ਵੀਡੀਓ ਅੱਗੇ ਤੱਕ ਲਾਈਕ ਸਾਰੇ ਤੱਕ ਸ਼ੇਅਰ ਕਰਦਾ ਕਰੋ ਵੀ ਪੰਜਾਬ ਦੇ ਸਾਰੇ ਬੱਚਿਆਂ ਨੂੰ ਜਿਹੜੇ ਪੰਜਾਬੀ ਬੋਲਦੇ ਉਹਨਾਂ ਨੂੰ ਸਮਝ ਆ ਜਾਵੇ ਜਿਹੜੀ ਤੁਹਾਨੂੰ ਨਹੀਂ ਗੱਲ ਸਮਝ ਆਈ ਉਹ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲਿਆ ਕਰੋ ਜਿਹੜੇ ਕਮੈਂਟ ਸੈਕਸ਼ਨ 'ਚ ਕਈਆਂ ਨੂੰ ਕਾਫੀ ਜ਼ਿਆਦਾ ਮੇਰੇ ਤੋਂ ਵੀ ਮੇਰੀ ਵੱਧ ਨੌਲੇਜ ਹੁੰਦੀ ਹੈ ਕਿਸੇ ਪਰਟੀਕੁਲਰ ਟੌਪਿਕ ਬਾਰੇ ਉਹ ਕਮੈਂਟਸ ਦਾ ਆਨਸਰ ਕਰਦਾ ਕਰੋ ਕਿਉਂਕਿ ਮੈਨੂੰ ਲਾਈਕ ਸਾਰੇ ਕਮੈਂਟਸ ਦਾ ਆਨਸਰ ਕਰਨਾ ਕਾਫੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਮੈਨੂੰ ਜ਼ਰੂਰ ਦੱਸੋ ਕਮੈਂਟ ਸੈਕਸ਼ਨ ਦੇ ਵਿੱਚ ਇਹਨੂੰ ਵੱਧੋ ਵੱਧ ਸ਼ੇਅਰ ਕਰਿਓ ਫੇਸਬੁੱਕ ਤੇ ਵਟਸਐਪ ਤੇ ਆਪਣੇ ਜਿਹੜੇ ਤੁਸੀਂ ਲਾਈਕ ਜਿਹੜੇ ਫੈਨਸ ਨਾਲ ਪੜ੍ਹਦੇ ਹੋ ਹੋਪਫੁਲੀ ਜੇ ਕਿਸੇ ਇੱਕ ਬੱਚੇ ਨੂੰ ਵੀ ਲਾਈਕ ਇਹ ਸਮਝ ਆ ਗਈ ਉਹਨੂੰ ਪਤਾ ਨਹੀਂ ਸੀਗਾ ਮੈਂ ਕਿਹੜਾ ਪ੍ਰੋਫੈਸ਼ਨ ਚੁਣਾ ਤੇ ਇਹ ਵੀਡੀਓ ਦੇਖਣ ਤੋਂ ਬਾਅਦ ਉਹਨੂੰ ਲਾਈਕ ਪੂਰੀ ਐਨ ਪ੍ਰੋਪਰ ਨੌਲੇਜ ਹੋਊਗੀ ਤਾਂ ਮੈਂ ਆਪਣੀ ਵੀਡੀਓ ਸਕਸੈਸਫੁਲ ਸਮਝੂੰਗਾ ਮਿਲਦਾ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਲਵ ਯੂ ਟੇਕ ਕੇਅਰ ਤੇ ਬਾਏ ਮੈਂ ਗਲਾ ਵੀ ਥੱਕ ਗਿਆ ਇੰਨਾ ਬੋਲ ਕੇ ਬਾਏ ਗਾਇਸ ਯਾਰ ਲਾਈਕ ਲਵ ਯੂ ਗਾਇਸ ਥੈਂਕ ਯੂ ਸੋ ਮਚ